ਕਰੇ ਮੂੰਹ ਨਾਲ ਤੇਰਾ ਫਜ਼ਲ ਮੰਗਾ ਆਪਣੀ ਕੀਤੀਆਂ ਤੇ ਸ਼ਰਮਸਾਰ ਹਾਂ ਮੈਂ ਕਲਮਾ ਪੜਨ ਵਾਲਾ ਤੇਰੇ ਮਹਿਬੂਬ ਦਾ ਹਾਂ ਮੁਸਲਮਾਨੀ ਦਾ ਵੀ ਦਾਅਵੇਦਾਰ ਹਾਂ ਮੈਂ ਅਹਿਲੇ ਬੈਤ ਦੇ ਨੌਕਰਾਂ ਦਾ ਮੈਂ ਨੌਕਰ ਚੌਂ ਯਾਰਾਂ ਦਾ ਵੀ ਤਲਬਗਾਰ ਹਾਂ ਮੈਂ ਰੋਜ਼ੇ ਹਸ਼ਰ ਦੇ ਦਿਨ ਮੌਲਾ ਬਖਸ਼ ਦੇਵੀਂ ਬੰਦਾ ਤੇਰਾ ਹਾਂ ਭਾਵੇਂ ਗੁਨੇਗਾਰ ਬੰਦਾ ਤੇਰਾ ਹਾਂ ਭਾਵੇਂ ਗੁਨੇਗਾਰ ਹਾਂ ਮੈਂ ਅਸਲਾਮੁ ਅਲੈਕਮ ਮੇਰੇ ਸੱਜਣੋ ਮਿੱਤਰੋ ਬੇਲੀਓ ਮੈਂ ਤੁਹਾਡਾ ਮੇਜ਼ਬਾਨ ਵਜ਼ੀਰ ਅਲੀ ਅਤੇ ਤੁਸੀਂ ਵੇਖ ਰਹੇ ਜੇ ਤੁਹਾਡਾ ਆਪਣਾ ਯੂਟਿਊਬ ਚੈਨਲ ਨਫਾ ਟੀ ਵੀ HD ਅੱਜ ਜਨਾਬ ਅਸੀਂ ਸ਼ੌਕ ਸ਼ਿਕਾਰ ਵਿਖਾਉਣ ਵਾਲੇ ਹਾਂ ਫਿਆਜ਼ ਭੱਟੀ ਸਾਹਿਬ ਦਾ ਨਾਲ ਉਹਨਾਂ ਦੇ ਦੋਸਤ ਅਹਿਬਾਬ ਬੈਠੇ ਹੋਏ ਨੇ ਉਹਨਾਂ ਦਾ ਵੀ ਤਾਰਫ ਕਰਵਾਵਾਂਗੇ ਅੱਜ ਦੀ ਵੀਡੀਓ ਬੜੀ ਖਾਸ ਹੈ ਇੰਟਰਵਿਊ ਕਰਾਂਗੇ ਜਨਾਬ ਦੂਸਰਾ ਇੰਟਰਵਿਊ ਹੈ ਅੱਜ ਦਾ ਇੰਟਰਵਿਊ ਸਕਿੱਪ ਕਰਨ ਵਾਲਾ ਨਹੀਂ ਤੁਹਾਨੂੰ ਵੇਖ ਕੇ ਆਏਗਾ ਮਜ਼ਾ ਸਾਡੇ ਨਾਲ ਜਾਣਾ ਅਸਲਾਮੁ ਅਲੈਕਮ ਭੱਟੀ ਸਾਹਿਬ ਜੀ ਵਾਲੇਕਮ ਸਲਾਮ ਜੀ ਵਜ਼ੀਰ ਭਾਈ ਭੱਟੀ ਸਾਹਿਬ ਕੈਸੀਆਂ ਤਬੀਅਤਾਂ ਜੀ ਅਲਹਮਦੁਲਿਲਾ ਵਜ਼ੀਰ ਭਾਈ ਸ਼ੁਕਰ ਅੱਲਾ ਪਾਕ ਦਾ ਜੀ ਤੁਸੀਂ ਆਪਣੀ ਸਿਹਤ ਤਬੀਅਤ ਸੁਣਾਓ ਜੀ ਠੀਕ ਠਾਕ ਹੋ ਖੈਰੀਅਤ ਹੈ ਜੀ ਅੱਲਾ ਪਾਕ ਦਾ ਭੱਟੀ ਸਾਹਿਬ ਬੜਾ ਹੀ ਕਰਮ ਆ ਅੱਜ ਵੇਖ ਕੇ ਤੁਹਾਡੇ ਯਾਰ ਅਤੇ ਤੁਹਾਡਾ ਸ਼ੌਕ ਸ਼ਿਕਾਰ ਤੁਹਾਡਾ ਡੇਰਾ ਬੜਾ ਮਜ਼ਾ ਆਇਆ ਜੀ ਬਸ ਜੀ ਇਹ ਮੁਹੱਬਤ ਹੈ ਮੇਰੇ ਭਰਾਵਾਂ ਦੀ ਜੀ ਸਾਰੇ ਰੌਣਕ ਲਾ ਛੱਡਦੇ ਨੇ ਜੀ ਇਹ ਇਕੱਲੇ ਬੰਦੇ ਦਾ ਵੱਸ ਨਹੀਂ ਜੀ ਇਹ ਸ਼ੌਕ ਬੇਸਿਕ ਭਰਾਵਾਂ ਦੇ ਨਾਲ ਹੀ ਹੈ ਬਿਲਕੁਲ ਇਹ ਸਾਰੇ ਵੱਡੇ ਭਰਾ ਨੇ ਫਿਰ ਇਕੱਠੇ ਰਲ ਮਿਲ ਕੇ ਸਿਸਟਮ ਚੱਲਦਾ ਅਤੇ ਬਾਕੀ ਸਭ ਠੀਕ ਚੱਲ ਰਿਹਾ ਤੁਸੀਂ ਆਪਣੀ ਸੁਣਾਓ ਠੀਕ ਠਾਕ ਹੋ ਜੀ ਅਲਹਮਦੁਲਿਲਾ ਅੱਲਾ ਦਾ ਬਹੁਤ ਹੀ ਕਰਮ ਹੈ ਜਨਾਬ ਅਤੇ ਭੱਟੀ ਸਾਹਿਬ ਸਾਡੇ ਸਭ ਤੋਂ ਪਹਿਲੇ ਦੋਸਤ ਆਏ ਨੇ ਇਹਨਾਂ ਦਾ ਕੀ ਨਾਮ ਮੁਬਾਰਕ ਅਸਲਾਮ ਅਲੈਕੁਮ ਮੈਂ ਇਹਨਾਂ ਦੋਸਤਾਂ ਸਵਾਦ ਦੇ ਨਾਲ ਆਇਆ ਵਾਂ ਮੇਰੇ ਕੁਲੀਗ ਨੇ ਉਹਨਾਂ ਨੇ ਕਿਹਾ ਜੀ ਅੱਜ ਚੱਲੀਏ ਜ਼ਰਾ ਮੈਂ ਕਿਹਾ ਬਿਸਮਿਲ੍ਲਾ ਮਾਸ਼ਾ ਅੱਲਾ ਅਸੀਂ ਇੱਥੇ ਆਏ ਹਾਂ ਆਪਣੇ ਭਰਾ ਕੋਲੇ ਇੱਕ ਸ਼ੌਕ ਦੇਖਣ ਲਈ ਅਤੇ ਮੇਰਾ ਨਾਮ ਬਿਸ਼ਾਰਤ ਅਲੀ ਚੌਹਾਨ ਮਾਸ਼ਾ ਅੱਲਾ ਅਤੇ ਮਾਸ਼ਾ ਅੱਲਾ ਸ਼ੌਕ ਬੜਾ ਅੱਛਾ ਸਾਡੇ ਦੋਸਤ ਦਾ ਵੀ ਭਾਈ ਦਾ ਹੈ ਮਾਸ਼ਾ ਅੱਲਾ ਕੈਸਾ ਲੱਗਿਆ ਤੁਹਾਨੂੰ ਸਾਰੇ ਜਾਨਵਰ ਅੱਛਾ ਫੀਲ ਕੀਤਾ ਮਾਸ਼ਾਅੱਲਾ ਇੱਕ ਤਾਂ ਕੁਦਰਤ ਦਾ ਅਮਲ ਹੈ ਕਿ ਜਾਨਵਰ ਨਾਲ ਪਿਆਰ ਕਰਨਾ ਮਾਸ਼ਾਅੱਲਾ ਇੱਕ ਉਹਨਾਂ ਦਾ ਇੱਕ ਜ਼ੇਨ ਹੈ ਕਿ ਇਹਨਾਂ ਨਾਲ ਮੁਹੱਬਤ ਪਿਆਰ ਰੱਖਦੇ ਨੇ ਅਤੇ ਸ਼ੌਕ ਵੀ ਕਰਦੇ ਨੇ ਅਤੇ ਜ਼ੋਕ ਵੀ ਕਰਦੇ ਨੇ ਅਸੀਂ ਬੜੇ ਖੁਸ਼ ਹੋਏ ਹਾਂ ਚੀਜ਼ਾਂ ਦੇਖ ਕੇ ਅਤੇ ਅੱਜ ਮਾਸ਼ਾਅੱਲਾ ਡੇਰਾ ਬੜਾ ਅੱਛਾ ਬਣਾਇਆ ਕੋਈ ਚਾਰ ਯਾਰ ਦੋਸਤ ਆ ਜਾਣ ਅਸਬਾਬ ਆ ਜਾਣ ਅਤੇ ਬੜਾ ਬੈਠ ਕੇ ਅੱਛਾ ਮਿਲ ਜੁਲ ਕੇ ਮਿਲਾਪ ਹੋਏਗਾ ਕਿਆ ਬਾਤ ਹੈ ਜਨਾਬ ਦਾ ਨਾਮ ਮੁਬਾਰਕ ਮੁਹੰਮਦ ਕਾਸ਼ਿਫ ਮੁਹੰਮਦ ਕਾਸ਼ਿਫ ਅਤੇ ਉਸਤਾਦ ਤਨਵੀਰ ਸਾਹਿਬ ਕਿਸੇ ਤਾਰਫ ਦੇ ਮੁਹਤਾਜ ਨਹੀਂ ਜਨਾਬ ਤੁਹਾਨੂੰ ਕੈਸਾ ਲੱਗਿਆ ਜਨਾਬ ਇੱਥੇ ਆ ਕੇ ਬਲਕਿ ਤੁਸੀਂ ਇੱਥੇ ਹੁੰਦੇ ਜਾ ਜੀ ਜੀ ਅਤੇ ਜਨਾਬ ਭੱਟੀ ਸਾਹਿਬ ਫਿਆਜ਼ ਭੱਟੀ ਸਾਹਿਬ ਅਤੇ ਜਨਾਬ ਦਾ ਨਾਮ ਮੁਬਾਰਕ ਮੁਹੰਮਦ ਇਮਰਾਨ ਮੁਹੰਮਦ ਇਮਰਾਨ ਅਤੇ ਰਾਣਾ ਅਬਦੁਲ ਗਫਾਰ ਜਨਾਬ ਕੈਸੇ ਮਿਜ਼ਾਜ ਨੇ ਮਾਸ਼ਾਅੱਲਾ ਜੀ ਅੱਲਾ ਦੀ ਰਹਿਮਤ ਹੈ ਤੁਸੀਂ ਸੁਣਾਓ ਜਨਾਬ ਕਿਆ ਬਾਤਾਂ ਨੇ ਵੇਖ ਕੇ ਸਾਰੇ ਸੱਜਣਾ ਮਿੱਤਰਾਂ ਨੂੰ ਦਿਲ ਬੜਾ ਖੁਸ਼ ਹੋਇਆ ਭੱਟੀ ਸਾਹਿਬ ਪਿਛਲੇ ਇੰਟਰਵਿਊ 'ਚ ਕਾਫੀ ਗੱਲਾਂ ਹੋ ਚੁੱਕੀਆਂ ਨੇ ਜੀ ਜੀ ਵਜ਼ੀਰ ਅਤੇ ਇਸ ਦਫ਼ਾ ਆਪਣਾ ਜਿਹੜਾ ਇਹ ਬਾਦਲ ਹੈ ਜੀ ਜੀ ਇਹ ਕਿਹੜੇ ਗਰੁੱਪ ਨਾਲ ਲੜ ਰਿਹਾ ਆਪਣਾ ਜੀ ਆਪਣਾ ਬਾਦਲ ਲੜਿਆ ਜੀ ਨਿਊ ਲਾਹੌਰ ਗਰੁੱਪ ਨਾਲ ਜਿਹੜਾ ਬਾਬੇ ਅਬਦੁਲ ਹਮੀਦ ਦਾ ਅਤੇ ਡਾਕਟਰ ਅਬਦ ਦਾ ਜੀ ਜਿਹੜਾ ਇਹਨਾਂ ਨਿਊ ਗਰੁੱਪ ਜਿਹੜਾ ਰਿਲੀਜ਼ ਹੋਇਆ ਨਾ ਉਹਦੇ ਨਾਲ ਆਪਣਾ ਮੈਚ ਹੈ ਪਾਕ ਅਮਨ ਗਰੁੱਪ ਦਾ ਅਤੇ ਆਪਣਾ ਕੁੱਤਾ ਲੜ ਰਿਹਾ ਜੀ ਅਮਨ ਗਰੁੱਪ ਦੀ ਤਰਫੋਂ ਪਹਿਲੇ ਜੋੜ 'ਤੇ ਇਹਨਾਂ ਕੁੱਤਾ ਦਿੱਤਾ ਨਾ ਜਿਹੜਾ ਥੱਲੇ ਡਾਕਟਰ ਅਬਦ ਰਾਂ ਮਲਕ ਅਜ਼ੀਜ਼ ਵਾਲਾ ਅਤੇ ਉਹਨਾਂ ਦੇ ਕੁੱਤੇ 'ਤੇ ਜੀ ਸਾਡਾ ਕੁੱਤਾ ਲੱਗਾ ਪਹਿਲੇ ਨੰਬਰ 'ਤੇ ਜੀ ਅਤੇ ਅੱਲਾ ਖੈਰ ਕਰੇ ਜੀ ਵੇਖੋ ਜੀ ਮਿਹਨਤ ਕਰ ਰਹੇ ਹਾਂ ਮਿਹਨਤ ਰੰਗ ਲਿਆਉਣੀ ਹੈ ਬਿਲਕੁਲ ਅਤੇ ਸ਼ੌਕ ਜਿਹੜਾ ਜੀ ਇਹ ਜੀ ਇੱਕ ਚਸਕਾ ਅਤੇ ਇੱਕ ਠਰਕ ਹੈ ਜੀ ਬਿਲਕੁਲ ਅਤੇ ਸੀਜ਼ਨ ਦੀ ਸ਼ੁਰੂਆਤ ਹੈ ਅਤੇ ਸੀਜ਼ਨ ਦਾ ਪਹਿਲਾ ਮੈਚ ਹੈ ਅਤੇ ਅੱਲਾ ਪਾ ਖੈਰ ਕਰੇ ਮੈਚ ਹੋਵੇ ਦੇਖੋ ਜੀ ਇਹ ਸਾਡਾ ਤਾਂ ਇੱਕ ਠਰਕ ਅਤੇ ਚਸਕਾ ਹੀ ਹੈ ਨਾ ਅਤੇ ਮੈਚ ਹੋਣਗੇ ਤਾਂ ਚਲੋ ਸੀਜ਼ਨ ਦਾ ਮਜ਼ਾ ਆਏਗਾ ਅਤੇ ਸਾਰੇ ਭਰਾਵਾਂ ਦੀ ਰੂਹ ਫਿਰ ਇੱਕ ਵਾਰੀ ਤਾਜ਼ਾ ਹੋਏਗੀ ਜੀ 6 ਮਹੀਨੇ ਦੇਖੋ ਜੀ ਸ਼ਿਕਾਰੀ ਆਪਣਾ ਬੜਾ ਵੇਟ ਕਰਦੇ ਨੇ ਜੀ ਸੀਜ਼ਨ ਆਵੇ ਸੀਜ਼ਨ ਆਵੇ ਸੀਜ਼ਨ ਆ ਗਿਆ ਜੀ ਸੀਜ਼ਨ ਦੀ ਸ਼ੁਰੂਆਤ ਹੈ ਅਤੇ ਅੱਲਾ ਖੈਰ ਕਰੇ ਅਸੀਂ ਦੁਆ ਗੋਵਾਂ ਕਿ ਜਿੰਨੇ ਵੀ ਸ਼ਿਕਾਰੀ ਭਰਾਵਾਂ ਦੇ ਮੈਚ ਨੇ ਜਾਂ ਜਿੰਨੇ ਵੀ ਸਾਡੇ ਸ਼ਿਕਾਰੀ ਭਰਾ ਨੇ ਸਭ ਦੇ ਮੈਚ ਹੋਣ ਅਤੇ ਥੋੜ੍ਹਾ ਜਿਹਾ ਸਾਨੂੰ ਵੀ ਕੋਆਪਰੇਟ ਕਰਨਾ ਚਾਹੀਦਾ ਅਤੇ ਕੁਛ ਥੋੜ੍ਹਾ ਜਿਹਾ ਗੌਰਮੈਂਟ ਨੂੰ ਸਾਡੇ ਨਾਲ ਕੋਆਪਰੇਟ ਕਰਨਾ ਚਾਹੀਦਾ ਕਿ ਸਾਡੇ ਜਿਹੜੇ ਮੈਚ ਨੇ ਬੰਦ ਹੋਏ ਨੇ ਜਾਂ ਜਿਹੜੇ ਆਪਣਾ ਪੁਲਿਸ ਵਗੈਰਾ ਪੈ ਜਾਂਦੀ ਹੈ ਠੀਕ ਹੈ ਇਹ ਸਾਨੂੰ ਥੋੜ੍ਹਾ ਜਿਹਾ ਸਾਡਾ ਸ਼ੁਗਲ ਕਰਨ ਦਾ ਮੌਕਾ ਦਿੱਤਾ ਜਾਵੇ ਵੇਖੋ ਜੀ ਇੱਥੇ ਨਾ ਤਾਂ ਅਸੀਂ ਕੋਈ ਜੂਆ ਲਾਉਂਦੇ ਹਾਂ ਅਤੇ ਨਾ ਹੀ ਬੇਸਿਕ ਇਹ ਲੜਾਈਆਂ ਹੁੰਦੀਆਂ ਨੇ ਮੈਚਾਂ ਦੇ
ਵਿੱਚ ਅੱਛੇ ਲੋਕ ਹੁੰਦੇ ਨੇ, ਅੱਛੇ ਮਾਮਲਾਤ ਹੁੰਦੇ ਨੇ, ਇੱਕ ਦੋਸਤਾਂ ਨਾਲ ਮਿਲਣ ਦਾ ਨਜ਼ਰੀਆ ਹੈ, ਅੱਛੇ ਤਲਕਾਤ ਬਣਦੇ ਨੇ ਜੀ ਸ਼ੌਕ ਸ਼ਿਕਾਰ ਦੇ ਜ਼ਰੀਏ। ਤੇ ਅੱਲਾ ਖੈਰ ਕਰੇ, ਇਨਸ਼ਾਅੱਲਾ ਦੁਆ ਗੋਆਂ ਜੀ, ਮੈਚ ਇਨਸ਼ਾਅੱਲਾ ਅੱਛੇ ਹੋਣਗੇ ਜੀ ਇਸ ਸੀਜ਼ਨ ਦੇ ਵਿੱਚ, ਅਤੇ ਦੋਸਤਾਂ ਨੂੰ ਸਾਰਿਆਂ ਨੂੰ ਬੜਾ ਅੱਛਾ ਸ਼ੌਕ ਵੇਖਣ ਨੂੰ ਮਿਲੇਗਾ। ਅਤੇ ਬਾਕੀ ਜੀ ਇਹ ਸਾਡੀ ਜਿਹੜੀ ਆਵਾਮ ਹੈ ਨਾ, ਕੁਛ ਦੇਖੋ ਉਹਨਾਂ ਨੂੰ ਵੀ ਕੋਆਪਰੇਟ ਕਰਨਾ ਚਾਹੀਦਾ ਕਾਨੂੰਨ ਦੇ ਨਾਲ। ਦੇਖੋ ਜੀ ਉਹ ਸਾਡੇ ਮੁਹਾਫਜ਼ ਨੇ, ਠੀਕ ਹੈ, ਉਹ ਸਾਡੇ ਖਿਦਮਤਗਾਰ ਨੇ, ਦੇਖੋ ਜੀ ਉਹਨਾਂ ਦਾ ਫਰਜ਼ ਹੈ ਜਾਂ ਉਹਨਾਂ ਦਾ ਹੱਕ ਲਾ ਲਓ ਕਿ ਉਹਨਾਂ ਮਤਲਬ ਸਾਡੀ ਖਾਤਰ ਉਹ ਸਾਰਾ ਕੁਛ ਕਰਦੇ ਨੇ ਕਿ ਕੋਈ ਵਾਧਾ ਘਾਟਾ ਨਾ ਹੋ ਜਾਵੇ, ਅਤੇ ਕੋਈ ਸਾਰੇ ਬੜੇ ਮਾਮਲਾਤ ਦੇਖਣੇ ਪੈਂਦੇ ਨੇ ਕਾਨੂੰਨ ਨੂੰ। ਅਤੇ ਅੱਲਾ ਖੈਰ ਕਰੇ, ਅਤੇ ਜੀ ਅਸੀਂ ਕਾਨੂੰਨ ਨੂੰ ਹੱਥ 'ਚ ਨਹੀਂ ਲੈਂਦੇ। ਦੇਖੋ ਜੀ ਇਹ ਸਾਡੇ ਮੁਲਕ ਪਾਕਿਸਤਾਨ ਦਾ ਕਾਨੂੰਨ ਹੈ ਜੀ, ਅਗਰ ਅਸੀਂ ਇਹਨੂੰ ਹੱਥ 'ਚ ਲੈ ਲਾਂਗੇ ਨਾ, ਤਾਂ ਸਾਡਾ ਮੁਲਕ ਤੁਹਾਨੂੰ ਪਤਾ ਪਹਿਲਾਂ ਹੀ ਬੜੇ ਖਸਾਰੇ 'ਚ, ਬੜੇ ਮਾਮਲਾਤ ਨੇ, ਬੜੇ ਮਸਲੇ ਮਸਾਇਲ ਨੇ। ਅਤੇ ਅਸੀਂ ਦੁਆ ਗੋਵਾਂ ਕਿ ਅੱਲਾ ਪਾਕ ਪਾਕਿਸਤਾਨ ਮੁਲਕ ਪਾਕਿਸਤਾਨ ਨੂੰ ਵੀ ਜਿਹੜਾ ਹੈ ਆਪਣੀ ਪਨਾਹ 'ਚ ਰੱਖੇ, ਜੋ ਵੀ ਦੰਗੇ ਫਸਾਦ ਪਏ ਨੇ ਸਾਡੇ ਪਾਕਿਸਤਾਨ ਦੇ ਵਿੱਚ, ਅੱਲਾ ਪਾਕ ਇਹਨਾਂ ਨੂੰ ਖਤਮ ਕਰੇ। ਅਤੇ ਇਨਸ਼ਾਅੱਲਾ ਜੀ ਸ਼ੌਕ ਚੱਲਦਾ ਰਹਿੰਦਾ ਫਿਰ ਜੀ, ਇਹ ਜ਼ਿੰਦਗੀ ਦੇ ਮਾਮਲਾਤ ਨੇ। ਅਤੇ ਹੋਰ ਵੀ ਬੜੀਆਂ ਚੀਜ਼ਾਂ ਨੇ ਵਜ਼ੀਰ ਭਾਈ, ਜਿਹੜੀਆਂ ਕਾਫੀ ਜ਼ਿਆਦਾ ਮਾਮਲਾਤ ਖਰਾਬ ਹੋਏ ਨੇ। ਅਤੇ ਅੱਲਾ ਖੈਰ ਕਰੇ, ਬਾਕੀ ਸ਼ੁਗਲ ਕਰਾਂਗੇ, ਮਜ਼ਾ ਆਏਗਾ ਸਾਰੇ ਦੋਸਤਾਂ ਨੂੰ। ਅਤੇ ਇਹ ਮੈਂ ਇੱਕ ਪੈਗਾਮ ਵੀ ਸਾਰੇ ਸ਼ਿਕਾਰੀ ਭਰਾਵਾਂ ਨੂੰ ਦੇ ਰਿਹਾ ਵਾਂ ਕਿ ਸਾਨੂੰ ਨਾ ਆਪਣਾ ਕਾਨੂੰਨ ਹੱਥ 'ਚ ਨਹੀਂ ਲੈਣਾ ਚਾਹੀਦਾ। ਅਸੀਂ ਅਗਰ ਕਾਨੂੰਨ ਨਾਲ ਕੋਆਪਰੇਟ ਕਰਾਂਗੇ ਤਾਂ ਕਾਨੂੰਨ ਸਾਡੇ ਨਾਲ ਵੀ ਜੀ ਕੋਆਪਰੇਟ ਕਰੇਗਾ, ਬਿਲਕੁਲ, ਠੀਕ ਹੈ। ਅਤੇ ਇਨਸ਼ਾਅੱਲਾ ਜੀ ਉਮੀਦ ਤਾਂ ਬੜੀ ਹੈ ਜੀ ਇਸ ਸੀਜ਼ਨ ਮੈਚ ਬਹੁਤ ਅੱਛੇ ਹੋਣਗੇ। ਭੱਟੀ ਸਾਹਿਬ, ਜਦੋਂ ਗਰਾਊਂਡ 'ਚ ਕੁੱਤਿਆਂ ਨੂੰ ਲੈ ਕੇ ਜਾਂਦੇ ਜੇ, ਜੀ ਜੀ, ਜ਼ਖਮੀ ਵੀ ਹੁੰਦੇ ਨੇ, ਬਾਕੀ ਰਹੀ ਟ੍ਰੀਟਮੈਂਟ ਦੀ ਗੱਲ, ਬਿਲਕੁਲ ਜੀ, ਜ਼ਾਹਿਰ ਜੀ ਗੱਲ, ਜਦੋਂ ਕੁੱਤਿਆਂ ਨੇ ਲੜਨਾ ਹੈ ਉਧਰੋਂ ਜ਼ਖਮ ਵੀ ਹੁੰਦੇ ਨੇ, ਬਾਜ਼ੂਕਾਤ ਕੁੱਤਿਆਂ ਦੀਆਂ ਵੇਨਾਂ ਕੱਟੀਆਂ ਜਾਂਦੀਆਂ ਨੇ। ਅਸੀਂ ਜੀ ਆਪਣਾ ਸਾਰਾ ਕੁਛ ਜਿਹੜਾ ਹੈ ਬਕਾਇਦਾ ਮੈਡੀਕਲ ਬੋਕਸ ਕੁੱਤਿਆਂ ਦੇ ਬਣਾਏ ਨੇ ਜਿਹੜੇ ਸਾਡੇ ਕੋਲ ਹੁੰਦੇ ਨੇ, ਅਤੇ ਕੋਈ ਨਾਲ ਕੋਈ ਆਪਣਾ ਪੈਟ ਕਲੀਨਿਕਸ ਦੇ ਕੁਛ ਬੰਦੇ ਨੇ ਸਾਡੇ ਡਾਕਟਰ ਜਿਹੜੇ ਨੇ ਪੈਟ ਦੇ, ਉਹ ਵੀ ਸਾਡੇ ਨਾਲ ਸਾਡੇ ਕੋਲ ਦੋਸਤ ਹੁੰਦੇ ਨੇ, ਤਾਂ ਅਸੀਂ ਉਹਨੂੰ ਬੇਸਿਕ ਮੌਕੇ 'ਤੇ ਮੈਨੇਜ ਕਰ ਲੈਂਦੇ ਹਾਂ। ਬੇਸਿਕ ਜ਼ੁਲਮ ਨਹੀਂ ਕਰਦੇ, ਅਗਰ ਕੁੱਤਾ ਲੜੇ ਜ਼ਿਆਦਾ ਜ਼ਖਮੀ ਹੋ ਜਾਏ ਤਾਂ ਅਸੀਂ ਕੁੱਤੇ ਛੁਡਾ ਵੀ ਲੈਂਦੇ ਹਾਂ, ਦੇਖੋ ਜੀ ਉਹ ਬੇਜ਼ਬਾਨ, ਉਹਨੇ ਮੂੰਹ ਥੋੜ੍ਹੀ ਕਹਿਣਾ ਜੀ ਮੈਨੂੰ ਛੁਡਾ ਲਵੋ। ਅਤੇ ਇਹ ਸਾਡਾ ਇਨਸਾਨ ਆ, ਇਨਸਾਨੀਅਤ ਦਾ ਇੱਕ ਫਰਜ਼ ਹੈ ਕਿ ਬੇਜ਼ਬਾਨ ਦਾ ਵੀ ਖਿਆਲ ਰੱਖਣਾ ਚਾਹੀਦਾ। ਦੇਖੋ ਜੀ ਇੱਕ ਤਾਂ ਅਸੀਂ ਕੰਮ ਵੇਖੋ ਜੀ ਵਜ਼ੀਰ ਬਾਈ ਦੇਖਿਆ ਜਾਵੇ ਤਾਂ ਗਲਤ ਕਰਨੇ ਆ, ਠੀਕ ਹੈ, ਫਿਰ ਗਲਤ ਨੂੰ ਕਰਨ ਵਾਸਤੇ ਨਾਲ ਇਹ ਵੀ ਨਜ਼ਰੀਆ ਰੱਖਣਾ ਚਾਹੀਦਾ ਕਿ ਇਹਨੂੰ ਮੌਕੇ 'ਤੇ ਠੀਕ ਕਿਵੇਂ ਕਰਨਾ। ਅਤੇ ਬਾਕੀ ਜੀ ਇਹ ਸਾਰਾ ਕੁਛ ਫਿਰ ਨਾਲ ਨਾਲ ਹੀ ਹੁੰਦਾ ਜੀ, ਇਹ ਸ਼ੌਕ ਦਾ ਇੱਕ ਹਿੱਸਾ ਹੈ ਜੀ। ਅੱਛਾ ਭੱਟੀ ਸਾਹਿਬ, ਇੱਕ ਹੋਰ ਸਵਾਲ, ਅਸੀਂ ਜਦੋਂ ਕੁੱਤਾ ਹਾਰ ਜਾਂਦਾ ਕੋਈ ਵੀ ਕਿਸੇ ਦਾ ਵੀ ਹੈ, ਜੀ ਜੀ, ਉਸ ਤੋਂ ਬਾਅਦ ਉਹਨੂੰ ਲੜਾਇਆ ਤਾਂ ਨਹੀਂ ਨਾ ਜਾਂਦਾ? ਜੀ ਵਜ਼ੀਰ ਭਾਈ, ਇਹ ਬੇਸਿਕ ਜਿਹੜਾ ਹੈ ਕੁੱਤਾ ਇੱਕ ਵਾਰੀ ਜਿਹੜਾ ਹਾਰ ਜਾਂਦਾ ਹੈ, ਬੇਸਿਕ ਪਾਕਿਸਤਾਨ ਲੈਵਲ ਦੇ ਜਿਹੜੇ ਮੈਦਾਨ ਨੇ, ਜਿਹੜੇ ਅੱਛੇ ਗਰੁੱਪ ਨੇ, ਜਿਹੜਾ ਕੁੱਤਾ ਗਰੁੱਪਾਂ ਦੀ ਤਰਫੋਂ ਲੜਦਾ, ਇੱਕ ਵਾਰੀ ਹਾਰ ਜਾਂਦਾ ਦੁਬਾਰਾ ਨਹੀਂ ਲੜਿਆ ਜਾ ਸਕਦਾ ਕੁੱਤਾ, ਠੀਕ ਹੈ। ਅਤੇ ਬਾਅਦ ਘਾਤ ਹੁੰਦਾ ਜਿਵੇਂ ਲਾਗੇ ਲਾਗੇ ਦੇ ਪਿੰਡਾਂ ਦੇ ਬੰਦਿਆਂ ਕੁੱਤੇ ਰੱਖੇ ਹੁੰਦੇ ਨੇ, ਕੋਈ ਹਾਰ ਗਿਆ, ਕੋਈ ਘੱਟ ਗਿਆ, ਉਹ ਉਸ ਤਰ੍ਹਾਂ ਸ਼ੁਗਲ ਕਰਦੇ ਨੇ, ਲੜਾਈ ਜਾਂਦੇ ਨੇ, ਪਰ ਸਾਡਾ ਸ਼ੌਕ ਜਿਹੜਾ ਨਾ ਉਹ ਇਸ ਮਿਆਰ ਦਾ ਕਿ ਇੱਕ ਵਾਰੀ ਕੁੱਤਾ ਹਾਰ ਜਾਵੇ, ਅਸੀਂ ਉਹ ਕੁੱਤਾ ਵੈਸੇ ਰੱਖ ਲੈਂਦੇ ਹਾਂ, ਬੱਚਿਆਂ ਬੁੱਚਿਆਂ ਵਾਸਤੇ ਬਚੇਲ ਕਰ ਦਿੰਦੇ ਹਾਂ, ਬੇਸਿਕ ਉਹ ਦੁਬਾਰਾ ਅਸੀਂ ਮੈਦਾਨਾਂ 'ਚ ਨਹੀਂ ਲਿਜਾਂਦੇ, ਨਹੀਂ ਲੜਾਉਂਦੇ ਉਹਨੂੰ, ਠੀਕ। ਅੱਛਾ ਇੱਕ ਹੋਰ ਸਵਾਲ ਆ ਜੀ ਜੀ, ਅਗਰ ਅਸੀਂ ਕੁੱਤਾ ਜਿਹੜਾ ਬੁੱਲੀ ਜਦੋਂ ਉਹ ਪਾਵਰਫੁੱਲ ਹੁੰਦਾ ਨਾਲ ਲੜਾਈਏ ਤਾਂ ਬੰਦਿਆਂ ਨੁਕਸਾਨ ਤਾਂ ਨਹੀਂ ਕਰਦਾ? ਵਜ਼ੀਰ ਭਾਈ, ਨੁਕਸਾਨ ਦੀ ਸੂਰਤ ਇਹ ਵੇ ਕਿ ਅਗਰ ਕਈ ਕੁੱਤੇ ਬਾਜ਼ੂਕਾਤ ਹੁੰਦੇ ਨੇ, ਕੁੱਤਿਆਂ ਦੇ ਬਲੱਡ ਜਿਹੜੇ ਨਾ ਬਹੁਤ ਤਲਖ ਹੁੰਦੇ ਨੇ, ਅਗਰ ਉਹਨਾਂ ਨੂੰ ਨਾਲ ਲੜਾਈਏ ਤਾਂ ਉਹ ਬੇਸਿਕ ਨੁਕਸਾਨ ਕਦੀ ਕਰ ਵੀ ਦਿੰਦੇ ਨੇ। ਅਤੇ ਕਈ ਹੁਣ ਕੁੱਤੇ ਨੇ ਬਿਲਕੁਲ ਠੰਡੇ ਮਿਜ਼ਾਜ ਦੇ ਹੁੰਦੇ ਨੇ, ਬਸ ਉਹ ਜਦੋਂ ਤੁਸੀਂ ਫੇਰਨੇ ਟੋਰਨੇ ਨੇ ਉਦੋਂ ਜ਼ਰਾ ਥੋੜ੍ਹੀ ਤਲਖੀ ਕਰਦੇ ਨੇ, ਬਾਕੀ ਉਹ ਆਪਣਾ ਆਰਾਮ ਕਰਦੇ ਨੇ, ਆਪਣੇ ਜਿਹੜੇ ਪਿੰਜਰੇ ਬਣੇ ਨੇ ਜਾਂ ਖੁੱਡੇ ਬਣੇ ਨੇ। ਅਤੇ ਪੈਣ ਵਾਲਾ ਜਾਨਵਰ ਆਪਣੇ ਕੋਲ ਤਾਂ ਨਹੀਂ ਅਲਹਮਦੁਲਿਲਾ ਹਾਲੇ ਤੱਕ ਆਇਆ ਹੈਗਾ, ਲੇਕਿਨ ਲੋਕਾਂ ਕੋਲ ਬੜੇ ਬੜੇ ਅਥਰੇ ਜਾਨਵਰ ਵੀ ਨੇ ਜਿਹੜੇ ਪੈਂਦੇ ਨੇ। ਅਤੇ ਇਹ ਜੇ ਇਹਨਾਂ ਨੂੰ ਨਾ ਲੜਾਓ ਵਜ਼ੀਰ ਅਲੀ ਭਾਈ, ਤਾਂ ਬਿਲਕੁਲ ਲੜਦੇ ਨੇ ਬੰਦੇ ਨਾਲ। ਅੱਛਾ, ਅਸਲ ਤਾਂ ਇਹੀ ਮਸਲਾ ਸੀ ਕਿ ਇਹਨੂੰ ਨਾ ਲੜਾਈਏ ਤੇ ਬੰਦਿਆਂ ਨੂੰ ਬਿਲਕੁਲ ਬਿਲਕੁਲ ਜੀ ਕੱਟ ਦੇਣ ਜੀ ਜਾਨਵਰ। ਪੋਲੀ ਜਿਹੜਾ ਹੈ ਪਿਆ ਡੌਗ, ਇਹ ਪੱਕਾ ਲੜਾਈ ਦਾ ਤੇ ਇਹ ਲੜਦਾ, ਇਹਨੂੰ ਅਗਰ ਨਾ ਲੜਾ ਵੀ ਇਹ ਬੰਦੇ ਨਾਲ ਲੜਦਾ, ਮਾਲ ਡੰਗਰ ਨਾਲ ਲੜਦਾ, ਇਹ ਪੱਕੀ ਗੱਲ ਹੈ। ਬਿਲਕੁਲ ਸਹੀ, ਹਾਂਜੀ, ਯਾਨੀ ਲਿਹਾਜ਼ਾ ਇਹਦਾ ਇਤਿਹਾਸ ਇਹ ਵੇ ਕਿ ਜਿਸ ਟਾਈਮ ਜ਼ੋਰਾ ਵਰੀ ਕਰੇ ਇਸ ਨੂੰ ਕੁੱਤੇ ਨਾਲ ਲੜਾ ਦਿੱਤਾ ਜਾਵੇ। ਭੱਟੀ ਸਾਹਿਬ, ਤੁਹਾਨੂੰ
ਤੁਸੀਂ ਕਿਹੜੇ ਸ਼ਿਕਾਰੀ ਤੋਂ متاثر ਹੋ ਕੇ ਇਸ ਸ਼ੌਕ 'ਚ ਪੈ ਗਏ? ਵਜ਼ੀਰ ਭਾਈ ਇਹ ਗੱਲ ਇਸ ਤਰ੍ਹਾਂ ਹੈ ਕਿ ਬ੍ਰਦਰ ਸ਼ੌਕ ਤੇ ਜੀ ਇਹ ਸਾਡਾ ਘਰ ਦਾ ਠੀਕ ਹੈ ਸ਼ੌਕ ਜਿਹੜਾ ਹੈ ਕਿਸੇ ਤੋਂ متاثر ਹੋ ਕੇ ਨਹੀਂ ਕੀਤਾ ਇਹ ਸਾਡੇ ਦਾਦਾ ਅਬੂ ਸ਼ੌਕ ਕਰਦੇ ਸਨ ਉਸ ਤੋਂ ਬਾਅਦ ਸਾਡੇ ਤਾਏ ਚਾਚੇ ਸ਼ੌਕ ਕਰਦੇ ਹਨ ਫਿਰ ਇਹੋ ਜਰਾਸੀਮ ਸ਼ੌਕ ਦੇ ਸਾਡੇ 'ਚ ਆ ਗਏ ਯਾਨੀ ਕਿ ਸਾਡੇ ਸ਼ਿਕਾਰੀ ਬਹੁਤ ਬਹੁਤ ਅੱਛੇ ਸ਼ਿਕਾਰੀ ਨੇ ਹੁਣ ਕਿਊਮ ਖਾਨ ਸਾਹਿਬ ਨੇ ਆਪਣੇ ਉਸ ਤੋਂ ਬਾਅਦ ਡਾਕਟਰ ਖਾਦੀ ਸਾਹਿਬ ਨੇ ਫਿਰ ਹਾਫਜ਼ ਅਫਜ਼ਲ ਮੋਚੀ ਸਾਹਿਬ ਨੇ ਅਜਮਲ ਮੋਚੀ ਸਾਹਿਬ ਨੇ ਠੀਕ ਹੈ ਆਪਣਾ ਅੱਲਾ ਦਿੱਤਾ ਨੰਬਰਦਾਰ ਹੈ ਠੀਕ ਹੈ ਅੱਛੇ ਸ਼ਿਕਾਰੀ ਨੇ ਫਿਰ ਹੋਰ ਵੀ ਬੜੀਆਂ ਅੱਛੀਆਂ ਸ਼ਖਸੀਅਤਾਂ ਨੇ ਅੱਜ ਕੱਲ੍ਹ ਗਰੁੱਪ ਜਿਹੜਾ ਆਪਣਾ ਇਹ ਪਾਕ ਅਮਨ ਗਰੁੱਪ ਹੈ ਪੀਰ ਨੂਰ ਸੁਲਤਾਨ ਹਰੀ ਬੜੀ ਅੱਛੀ ਸ਼ਖਸੀਅਤ ਦੇ ਮਾਲਕ ਨੇ ਅੱਛਾ ਸ਼ੌਕ ਕਰਦੇ ਨੇ ਫਿਰ ਆਪਣੇ ਭਾਈ ਨੇ ਹਾਜੀ ਅੱਲਾ ਦਿੱਤਾ ਬਸ਼ੀਰ ਅਹਿਮਦ ਲੱਕੀ ਸ਼ਹਿਨਸ਼ਾਹ ਗਰੁੱਪ ਦੇ ਜਿਹੜੇ ਸਦਰ ਨੇ ਅੱਛਾ ਸ਼ੌਕ ਕਰ ਰਹੇ ਨੇ ਮਤਲਬ ਬੇਸਿਕ ਜੀ ਵੇਖੋ ਜੀ ਇਨਸਾਨ ਆਪ ਅੱਛਾ ਇਹਨਾਂ ਦੇ ਵਜ਼ੀਰ ਬਾਈ ਉਹਦੇ ਨਾਲ ਸਾਰੇ ਲੋਕ ਅੱਛੇ ਨੇ ਅਤੇ ਮੁਖਲਸ ਹੋ ਕੇ ਚੱਲਦੇ ਨੇ ਬਿਲਕੁਲ ਠੀਕ ਹੈ ਅਤੇ ਸ਼ਿਕਾਰੀ ਦੇ ਵੇਖੋ ਜੀ ਬੜੇ ਬੜੇ ਪਏ ਨੇ ਅਤੇ ਬਾਕੀ ਨਾਂ ਲੈਣ 'ਤੇ ਆਈਏ ਅਤੇ ਜੀ ਲਿਸਟ ਬਣਾ ਲਈਏ ਫਿਰ ਅਤੇ ਜਦੋਂ ਤੱਕ ਤੁਸੀਂ ਆਪ ਅੱਛੇ ਹੋਣਾ ਤੁਹਾਡੇ ਨਾਲ ਹਰ ਇਨਸਾਨ ਅੱਛਾ ਠੀਕ ਹੈ ਅਤੇ ਸਭ ਤੋਂ ਪਹਿਲੇ ਆ ਕਿ ਇਨਸਾਨ ਦਾ ਆਪ ਅੱਛਾ ਹੋਣਾ ਜ਼ਰੂਰੀ ਹੈ ਠੀਕ ਹੈ ਜਦੋਂ ਇਨਸਾਨ ਅੱਛਾ ਤਾਂ ਸਾਰੀ ਦੁਨੀਆ ਉਹਦੇ ਨਾਲ ਜੱਗ ਅੱਛਾ ਹੋ ਜਾਂਦਾ ਬਿਲਕੁਲ ਅਤੇ ਜੀ ਬਾਕੀ ਬੜਾ ਅੱਛਾ ਸ਼ੌਕ ਹੈ ਸਾਡੇ ਪਾਕਿਸਤਾਨ ਦੇ ਨਾਮਵਰ ਸ਼ਿਕਾਰੀ ਨੇ ਸਾਰੇ ਅਤੇ ਅੱਲਾ ਪਾਕ ਇਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ ਅਸੀਂ ਦੁਆ ਗੋਵਾਂ ਸਾਰੇ ਭਰਾਵਾਂ ਵਾਸਤੇ ਅਤੇ ਇਹਨਾਂ ਬੜੀ ਐਫਰਟ ਕੀਤੀ ਇਸ ਸ਼ੌਕ ਦੀ ਖਾਤਰ ਸਾਡੇ ਇਹ ਮੁਲਕ ਪਾਕਿਸਤਾਨ ਦਾ ਸਮਝੋ ਜੀ ਇੱਕ ਸਖਾਵਤ ਦੇ ਸ਼ੌਕ ਹੈ ਘੋੜਿਆਂ ਦੀ ਰੇਸ ਹੋ ਗਈ ਕੁੱਤਾ ਲੜਾਈ ਹੋ ਗਈ ਉਸ ਤੋਂ ਬਾਅਦ ਦਾਂਦ ਭੱਜਦੇ ਨੇ ਸਾਰੇ ਕਬੱਡੀ ਦੇ ਪਲੇਅਰ ਹੋ ਗਏ ਠੀਕ ਹੈ ਇਹ ਸਾਡੇ ਮੁਲਕ ਦੀ ਇੱਕ ਸ਼ਾਨ ਹੈ ਜੀ ਇਹ ਸਾਡੀ ਪੰਜਾਬ ਦਾ ਸਖਾਵਤੀ ਸ਼ੌਕ ਹੈ ਜੀ ਸਖਾਵਤ ਹੈ ਸਾਡੇ ਪੰਜਾਬ ਦੀ ਬੇਸਿਕ ਵੇਖੋ ਜੀ ਕੁਛ ਆ ਹੁਣ ਮੈਚ ਜਿਹੜੇ ਨੇ ਇਸ ਵਜ੍ਹਾ ਤੋਂ ਬੰਦ ਬੁੰਦ ਹੋ ਗਿਆ ਵੇਖੋ ਜੀ ਕਬੱਡੀ ਦੇ ਵਿੱਚ ਤੁਹਾਨੂੰ ਪਤਾ ਕਿ 2-3 ਪਲੇਅਰ ਮਾਰੇ ਗਏ ਨੇ ਠੀਕ ਹੈ ਇਸ ਵਜ੍ਹਾ ਤੋਂ ਜ਼ਰਾ ਗੌਰਮੈਂਟ ਵੀ ਥੋੜ੍ਹਾ ਜਿਹਾ ਹੱਥ ਗੌਰਮੈਂਟ ਨੇ ਵੀ ਜ਼ਰਾ ਟੈਟ ਕੀਤਾ ਹੈ ਕਿ ਮਜ਼ੀਦ ਨੁਕਸਾਨ ਨਾ ਹੋਵੇ ਸਾਡੇ ਦੇਖੋ ਜੀ ਇਹ ਪਲੇਅਰ ਹੁੰਦੇ ਨੇ ਮੁਲਕ ਦਾ ਸਰਮਾਇਆ ਬੇਸ਼ੱਕ ਠੀਕ ਹੈ ਅਤੇ ਇਹ ਸਾਡੇ ਮੁਲਕ ਦਾ ਸਰਮਾਇਆ ਖਤਮ ਹੋ ਰਿਹਾ ਅਤੇ ਕਾਨੂੰਨ ਥੋੜ੍ਹਾ ਜਿਹਾ ਲੋਕਾਂ ਨੇ ਹੱਥ 'ਚ ਲੈ ਲਿਆ ਅਤੇ ਹੁਣ ਬੇਸਿਕ ਫਿਰ ਅੱਛੀ ਗੱਲ ਹੈ ਕਿ ਥੋੜ੍ਹਾ ਜਿਹਾ ਕਾਨੂੰਨ ਥੋੜ੍ਹਾ ਸਖਤ ਵੀ ਹੋਣਾ ਚਾਹੀਦਾ ਪਰ ਬਾਕੀ ਸਭ ਠੀਕ ਹੈ ਸ਼ਿਕਾਰੀ ਸਾਰੇ ਅੱਛੇ ਨੇ ਕੋਈ ਮਾਂ ਦੇ ਪੇਟ 'ਚੋਂ ਤਾਂ ਅੱਛਾ ਹੋ ਕੇ ਨਹੀਂ ਆਉਂਦਾ ਜੀ ਇਹ ਦੁਨੀਆਦਾਰੀ ਦੇ ਵਿੱਚੋਂ ਤਾਂ ਮਾਮਲਾਤ ਨੇ ਸਾਰੇ ਚੱਲਦੇ ਰਹਿੰਦੇ ਨੇ ਬੰਦੇ ਦਾ ਬਾਹਰ ਆਣ ਕੇ ਪਤਾ ਲੱਗਦਾ ਕਿ ਬੰਦਾ ਕਿਹੜੇ ਰੰਗ ਦਾ ਜੀ ਬਿਲਕੁਲ ਭੱਟੀ ਸਾਹਿਬ ਨਵੇਂ ਸ਼ਿਕਾਰੀ ਨੂੰ ਜਾਨਵਰ ਕਿਸ ਤਰ੍ਹਾਂ ਦਾ ਪਰਚੇਜ਼ ਕਰਨਾ ਚਾਹੀਦਾ ਤਾਂ ਕਿ ਉਹਦਾ ਪੈਸਾ ਵੀ ਬਰਬਾਦ ਨਾ ਹੋਏ ਔਰ ਉਹਦਾ ਸ਼ੌਕ ਵੀ ਪੂਰਾ ਉਹਦਾ ਹੋਏ? ਵਜ਼ੀਰ ਭਾਈ ਬੜਾ ਅੱਛਾ ਸਵਾਲ ਤੁਸੀਂ ਕੀਤਾ ਦੇਖੋ ਜੀ ਇਹ ਦਿਲ ਸਾਹਿਬ ਦੇ ਅੰਦਰ ਹੁੰਦਾ ਬਿਲਕੁਲ ਸ਼ੌਕ ਅਮੀਰ ਬੰਦਾ ਵੀ ਕਰਦਾ ਅਤੇ ਗਰੀਬ ਬੰਦਾ ਵੀ ਕਰਦਾ ਠੀਕ ਹੈ ਆਪਣੀ ਹਸੀਅਤ ਦੇ ਹਿਸਾਬ ਨਾਲ ਅੱਜ ਕੱਲ੍ਹ ਜ਼ਰਾ ਕੁੱਤਿਆਂ ਦਾ ਜ਼ਰਾ ਜ਼ਿਆਦਾ ਖਰੀਦੋ ਫਰੋਖਤ ਵਾਲੇ ਲੋਕਾਂ ਦਾ ਧਿਆਨ ਹੋ ਗਿਆ ਰੁਝਾਨ ਹੋ ਗਿਆ ਅਤੇ ਕਈ ਸਾਡੇ ਸ਼ਿਕਾਰੀ ਭਰਾ ਐਸੇ ਵੀ ਨੇ ਜਿਹੜੇ ਥੋੜ੍ਹੇ ਜਿਹੇ ਆਪਣੇ ਘਰੋਂ ਮਾੜੇ ਹੁੰਦੇ ਨੇ ਪਰ ਸ਼ੌਕ ਉਹਨਾਂ ਨੂੰ ਬੇਇੰਤਹਾ ਹੁੰਦਾ ਪਰ ਉਹ ਜਾਨਵਰ ਪਰਚੇਜ਼ ਨਹੀਂ ਕਰ ਸਕਦੇ ਠੀਕ ਹੋ ਗਿਆ ਅਤੇ ਕੋਈ ਕੁਛ ਸਹਿੰਦੇ ਬੰਦੇ ਹੁੰਦੇ ਨੇ ਜਿਨ੍ਹਾਂ ਨੂੰ ਪਤਾ ਕੁੱਤਾ ਚੰਗਾ ਉਹਨਾਂ ਦੇ ਕੇ ਤਾਂ 5 ਲੱਖ ਦੇ ਕੇ 10 ਲੱਖ ਦੇ ਕੇ ਵੀ ਕੁੱਤਾ ਲੈ ਆਉਣਾ ਅਤੇ ਜ਼ਿਆਦਾ ਕੋਸ਼ਿਸ਼ ਇਹ ਕਰੀ ਦੀ ਹੁੰਦੀ ਹੈ ਕਿ ਸ਼ੌਕ ਭਰਾਵਾਂ ਨੂੰ ਨਾ ਜਿੰਨੇ ਵੀ ਭਾਵੇਂ ਮਹੱਲੇਦਾਰ ਹੋਵੇ ਜਾਂ ਕੋਈ ਪਿੰਡ ਦਾ ਬੰਦਾ ਜਾਂ ਕੋਈ 10 ਪਿੰਡ ਛੱਡ ਕੇ ਵੇ ਜਾਂ ਕੋਈ ਦੂਜੇ ਜ਼ਿਲ੍ਹੇ 'ਚ ਆਇਆ ਸ਼ੌਕ ਕਿਸੇ ਭੈਣ ਭਰਾ ਨੂੰ ਕਰਾਓ ਅਤੇ ਬੇਲੋਸ ਅਤੇ ਮੁਫਤ ਕਰਾਓ ਉਹ ਸ਼ੌਕ ਦੀ ਚਾਸੀ ਆਪਣੀ ਹੈ ਦੇਖੋ ਜੀ ਇਹ ਕੁੱਤੀਆਂ ਹੁਣ ਭਰੀਆਂ ਨੇ ਸੂਣੀਆਂ ਨੇ ਅਸੀਂ ਤਾਂ ਤੋਹਫੇ ਦੇਣੇ ਨੇ ਸਾਰੇ ਭਰਾਵਾਂ ਠੀਕ ਹੈ ਇਹਦੇ ਨਾਲ ਇਹ ਕਿ ਤਲਕਾਤ ਵੀ ਬਣਦਾ ਇੱਕ ਤੋਹਫੇ ਤਵਾਇਫ ਦਾ ਵੀ ਬੰਦੇ ਨੂੰ ਮੌਕਾ ਮਿਲਦਾ ਭੈਣਾਂ ਭਰਾਵਾਂ ਨਾਲ ਮਿਲਣ ਵਰਤਣ ਦਾ ਮੌਕਾ ਮਿਲਦਾ ਅਤੇ ਬਾਕੀ ਅੱਜ ਕੱਲ੍ਹ ਜੀ ਤੁਹਾਨੂੰ ਪਤਾ ਸੋਸ਼ਲ ਮੀਡੀਆ ਦਾ ਦੌਰ ਹੈ ਫੇਸਬੁੱਕ ਖੋਲ੍ਹੋ ਅਤੇ ਹਜ਼ਾਰਾਂ ਕੁੱਤਿਆਂ ਦੀਆਂ ਤਸਵੀਰਾਂ ਹੁੰਦੀਆਂ ਅਤੇ ਕਦੀ ਵੀ ਫੇਸਬੁੱਕ ਦੇ ਉੱਤੋਂ ਨੰਬਰ ਲੈ ਕੇ ਅਤੇ ਜਾਂ ਜਿਹੜੇ ਡੀਲਰ ਹਜ਼ਰਾਤ ਨੇ ਇਹਨਾਂ ਦੇ ਥਰੂ ਜਿਹੜੇ ਨੇ ਕੁੱਤੇ ਨਹੀਂ ਲੈਣੇ ਚਾਹੀਦੇ ਇਹ ਮੇਰੀ ਗੱਲ ਬੁਰੀ ਨਹੀਂ ਹੈਗੀ ਦੇਖੋ ਜੀ ਉਹਨਾਂ ਦਾ ਵੀ ਇੱਕ ਕਮਾਈ ਦਾ ਨਜ਼ਰੀਆ ਹੈ ਉਹਨਾਂ ਨੂੰ ਵੀ ਪੇਟ ਲੱਗਾ ਹੈ ਉਹ ਆਪਣਾ ਮਤਲਬ ਸੇਲ ਪਰਚੇਜ਼ ਕੁੱਤਿਆਂ ਦੀ ਕਰਦੇ ਨੇ ਇਹ ਇੱਕ ਦੁਨੀਆਦਾਰੀ ਦੇ ਮਾਮਲਾਤ ਨੇ ਉਹ ਆਪਣੀ ਬਸ ਰੋਟੀ ਨੂੰ ਫਾਈ ਲਾਈ ਹਰ ਬੰਦੇ ਨੇ ਅਤੇ ਬੇਸਿਕ ਅਗਰ ਕੁੱਤੇ ਦੀ ਸੇਲ ਪਰਚੇਜ਼ ਕਰਨੀ ਵੀ ਹੈ ਡੀਲਰਾਂ ਨੇ ਤਾਂ ਅੱਛੇ ਕੁੱਤੇ ਦੇਣ ਮਿਆਰੀ ਕੁੱਤੇ ਦੇਣ ਬੰਦਿਆਂ ਨੂੰ ਲੈ ਕੇ ਅੱਛੀ ਬਲੱਡ ਲਾਈਨ ਦੇ ਕੁੱਤੇ ਦੇਣ ਦੇਖੋ ਜੀ ਅੱਜ ਕੱਲ੍ਹ ਇੱਕ ਝੂਠ ਬੜਾ ਵਹਾਉਣਾ ਕੁਛ ਅਤੇ ਕਰਨਾ ਕੁਛ ਅਤੇ ਇਸੇ ਤਰ੍ਹਾਂ ਹੀ ਇਹ ਕੁੱਤਾ ਜਦੋਂ ਵੀ ਲਵੋ ਵੇਖ ਵਹਾ ਕੇ ਲਵੋ ਉਹਦੀ ਅੱਛੀ ਬਲੱਡ ਲਾਈਨ ਦਾ ਪਤਾ ਹੋਵੇ ਉਹਦੇ ਪਿਓ ਦਾਦੇ ਦਾ ਪਤਾ ਹੋਵੇ ਇਹ ਕਿਹੜੇ ਘਰਾਣੇ ਦਾ ਕਿਹੜੇ ਘਰ ਦਾ ਹੈ
ਤੇ ਇਸੇ ਤਰ੍ਹਾਂ ਹੀ ਜੀ ਬਸ ਸਾਡੇ ਹੁਣ ਕਈ ਦੋਸਤ ਅਹਿਬਾਬ ਨੇ ਜਿਹੜੇ ਕਿ ਸਾਨੂੰ ਕਹਿੰਦੇ ਨੇ ਕਿ ਜੀ ਸਾਨੂੰ ਕੋਈ ਜਾਨਵਰ ਲੈ ਕੇ ਦਿਓ ਯੇ ਵੋ, ਪਰ ਅਸੀਂ ਕਦੀ ਇਸ ਚੱਕਰ 'ਚ ਇਸ ਮਾਮਲਾ 'ਚ ਪਏ ਨਹੀਂ ਹੈਗੇ, ਕਿਉਂਕਿ ਸਾਨੂੰ ਪਤਾ ਇਹ ਕਾਰੋਬਾਰ ਇਹ ਝੂਠ ਦਾ, ਅਤੇ ਝੂਠ ਆਪਣਾ ਕੋਈ ਬੋਲਿਆ ਨਹੀਂ ਜਾਂਦਾ, ਠੀਕ ਹੈ। ਅਤੇ ਉਂਝ ਸੱਜਣਾਂ ਨੂੰ ਕਹੀਦਾ ਭਾਈ ਸਾਡੇ ਕਿੱਲੇ 'ਤੇ ਬੱਝੇ ਨੇ, ਤੁਸੀਂ ਪੈਸੇ ਨਾ ਭਰੋ ਅਤੇ ਤੁਸੀਂ ਕੁੱਤਾ ਲਾਈਓ ਅਤੇ ਸ਼ੌਕ ਕਰੋ ਬਸ। ਅਤੇ ਇਹੋ ਹੀ ਸੱਜਣਾਂ ਦੀ ਸਜਨਾਈ ਹੁੰਦੀ ਹੈ। ਅਤੇ ਇਨਸਾਨ ਜਿਹੜਾ ਜੇ ਵਜ਼ੀਰ ਭਾਈ ਆਪਣੇ ਇਹ ਕੰਮਾਂ ਤੋਂ ਇਨਸਾਨ ਨਜ਼ਰ ਆਉਂਦੇ ਨੇ ਬੰਦੇ, ਗੱਲਾਂ ਤੋਂ ਅਤੇ ਕੰਮਾਂ ਤੋਂ ਇਨਸਾਨ ਅੱਗੇ ਨਜ਼ਰ ਜਾਂਦੇ ਆਉਂਦੇ ਨੇ। ਬਾਕੀ ਹਰ ਬੰਦਾ ਆਪਣੇ ਘਰ ਰੋਟੀ ਪਾਣੀ ਖਾ ਕੇ ਸੌਂਦਾ। ਅਤੇ ਅੱਜ ਕੱਲ੍ਹ ਕੁਛ ਦੋਸਤ ਹੈਗੇ ਨੇ ਮਤਲਬ ਜਿਨ੍ਹਾਂ ਨੇ ਸ਼ੌਕ ਨੂੰ ਕਾਫੀ ਜ਼ਿਆਦਾ ਖਰਾਬ ਕਰ ਦਿੱਤਾ। ਕੁਛ ਥੋੜ੍ਹੀ ਨਵੀਂ ਜਨਰੇਸ਼ਨ ਉੱਠੀ ਹੈ, ਸ਼ੌਕ ਦੇ ਵਿੱਚ ਕਾਫੀ ਸ਼ੌਕ ਖਰਾਬ ਹੋ ਗਿਆ। ਅਤੇ ਅੱਲਾਹ ਪਾਕ ਉਹਨਾਂ ਨੂੰ ਵੀ ਹਦਾਇਤ ਦੇਵੇ। ਅਤੇ ਬਾਕੀ ਜੀ ਇਹ ਸ਼ੁਗਲ ਮੇਲਾ ਚੱਲਦਾ ਜੀ, ਇਹ ਫਿਰ ਇਹਦੇ 'ਚ ਹਰ ਸ਼ੈ ਹੀ ਚੱਲੀ ਜਾ ਰਹੀ ਹੈ ਸ਼ੁਗਲ ਦੇ ਵਿੱਚ। ਭੱਟੀ ਸਾਹਿਬ, ਅਸਲ 'ਚ ਰੌਲਾ ਕੀ ਹੁੰਦਾ ਕਿ ਡੀਲਰ ਜਿਹੜਾ ਨਾ ਆਪਣਾ 2-4 ਹਜ਼ਾਰ ਕਮਾਉਣ ਦੀ ਖਾਤਰ ਅਗਲੇ ਦਾ 2-3 ਲੱਖ ਰੁਪਈਆ ਜ਼ਾਇਆ ਕਰਵਾ ਛੱਡਦਾ ਕੁੱਤੇ ਦੀ ਖਾਤਰ। ਬਿਲਕੁਲ ਵਜ਼ੀਰ ਭਾਈ, ਪਿਓ ਹੋਰ ਵਿਖਾਉਂਦਾ। ਮੇਰੀ ਤਮਾਮ ਜਿਹੜੇ ਸ਼ਿਕਾਰੀ ਨਵੇਂ ਨੇ ਨਾ, ਉਹਨਾਂ ਅੱਗੇ ਰਿਕੁਐਸਟ ਇਹ ਹੈਗੀ ਆ ਕਿ ਸ਼ਿਕਾਰੀ ਕੋਲੋਂ ਜਾਨਵਰ ਲਓ, ਭਾਵੇਂ ਲੇਟ ਸਬਰ ਨਾਲ ਲਓ, ਉਹਨੂੰ ਰਿਕੁਐਸਟ ਉੱਥੋਂ ਉਹਦੇ ਕੋਲ ਤੋਹਫ਼ਾ ਲੈ ਲਓ ਜਾਂ ਕਿਸੇ ਜ਼ਰੀਏ ਨਾਲ ਤੁਸੀਂ ਪਰਚੇਜ਼ ਕਰੋ, ਲੇਕਿਨ ਉਹਦੇ ਮਾਂ ਪਿਓ ਨੂੰ ਵੇਖੋ ਕਿ ਉਹ ਕਿਸ ਨਸਲ ਦਾ ਕੁੱਤਾ ਸੀ। ਗੁਫਾਰ ਸਾਹਿਬ ਕੈਸੀ, ਕੀ ਖਿਆਲ? ਹਾਂਜੀ ਠੀਕ ਹੈ। ਕਿਉਂ ਜਨਾਬ ਉਸਤਾਦ ਜੀ? ਜੀ 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 ਵਜ਼ੀਰ ਭਾਈ, ਬਹੁਤ ਅੱਛੀ ਕਿ ਫਿਰ ਜਿਸ ਬੰਦੇ ਨੂੰ ਤੁਸੀਂ ਪੈਸਾ ਬਾਹਰੋਂ ਬਗੈਰ ਤਸਦੀਕ ਦੇ, ਕਿਉਂਕਿ ਮੇਰੇ ਕੋਲ ਕੇਸ ਅਕਸਰ ਆਉਂਦੇ ਕਿ ਮੈਂ ਪੈਸੇ ਘੱਲੇ ਨੇ ਅਤੇ ਪੈਸੇ ਲੋਕ ਮੇਰੇ ਖਾ ਗਏ ਨੇ, ਜਾਂ ਉਹ ਜਾਨਵਰ ਜਾ ਕੇ ਮਰ ਜਾਂਦਾ ਰਸਤੇ 'ਚ, ਜਾਂ ਕੀ ਹੋ ਜਾਂਦਾ ਅਕਸਰ ਹਾਲਾਤ ਹੁੰਦਾ ਕਿ ਬੰਦਾ ਵੇਖੋ ਕਿ ਜਦੋਂ ਤੁਸੀਂ ਪੈਸੇ ਭੇਜ ਰਿਹਾ ਜੇ, ਹਰ ਬੰਦੇ 'ਤੇ ਵਿਸਣਾ ਨਹੀਂ ਚਾਹੀਦਾ। ਅਤੇ ਤੁਸੀਂ ਤਨਵੀਰ ਸਾਹਿਬ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਜੀ ਮੈਂ ਇਹੋ ਹੀ ਕਹਿਣਾ ਵੀ ਆ ਵੀ ਬਚ ਕੇ ਰਹਿਣਾ ਚਾਹੀਦਾ, ਪੂਰੀ ਗਰੰਟੀ ਤਸਦੀਕ ਕਰਨੀ ਚਾਹੀਦੀ ਹੈ ਪੈਸਾ ਭੇਜਣ ਤੋਂ। ਬਹਿਰ ਵਾਲੇ ਜਿਹੜੇ ਦੋਸਤ ਵਾਪ ਬੈਠੇ ਨੇ, ਸਾਡੇ ਵੀ ਕਾਫੀ ਦੋਸਤ ਨੇ ਪੁਰਾਣੇ ਬੰਦੇ ਆ ਜੀ, ਲੇਕਿਨ ਇਹ ਬੰਦੇ ਖਰਾਬ ਹੋਏ ਹੋਏ ਹਨ ਪਹਿਲੇ ਦੇ ਵੀ, ਕਿ ਖਰਾਬ ਬਿਨਾਂ ਦੋਸਤਾਂ ਆਪ ਵੀ ਕੀਤੇ ਨੇ, ਬਿਨਾਂ ਤਸਦੀਕ ਤੋਂ ਪੈਸਾ ਭੇਜ ਦੇਵਣਾ, ਮਾਂ ਕਾਈ ਵੇਖਣੀ ਪਿਓ ਕੋਈ ਵੇਖਣਾ ਤੇ ਪੈਸਾ ਭੇਜ ਦੇਵਣਾ ਝੂਠੇ ਜਾ, ਫਿਰ ਉਹਨਾਂ ਮੈਦਾਨ ਫਤਿਹ ਕੋਈ ਨਹੀਂ ਕਰਨੀ। ਮੈਂ ਇਹ ਕਹਿਣਾ ਚਾਹੁੰਦਾ ਕਿ ਸਭ ਦੋਸਤ ਰਿਕੁਐਸਟ ਹੈ, ਮਿਹਰਬਾਨੀ ਕਰੇ ਅਤੇ ਅੱਛਾ ਜਾਨਵਰ ਵੇਖ ਬਾਲ ਅਤੇ ਕਿਸੇ ਸ਼ੌਕੀਨ ਸ਼ਿਕਾਰੀ ਹਜ਼ਰਾਤ ਕੋਲੋਂ ਇਹ ਲੈਣ ਦੇਣ ਕੀਤਾ ਕਰੇ। ਕਿਆ ਬਾਤ ਹੈ, ਇਹ ਬਾਤ ਹੈ ਜੀ। ਔਰ ਮੇਰੇ ਸੱਜਣੋ ਮਿੱਤਰੋ, ਤੁਹਾਨੂੰ ਜਾਨਵਰ ਵੀ ਗਿਫਟ ਨਾ ਵੀ ਮਿਲਿਆ ਤਾਂ ਸਸਤਾ ਮਿਲੇਗਾ, ਬਜਾਏ ਕਿ ਬਾਹਰ ਬੈਠੇ ਤੁਸੀਂ ਫੈਸਲਾ ਕਰ ਲੈਂਦੇ ਜੇ ਕਿ ਮੈਂ ਜਾਨਵਰ ਅਸੀਂ ਪੈਸਾ ਘੱਲਿਆ, ਆਪਣਾ ਇਸ ਪਾਕਿਸਤਾਨ 'ਚ ਬੰਦਾ ਘੱਲੋ ਤਾਂ ਕਿ ਉਹ ਜਾਨਵਰ ਵੇਖ ਕੇ ਆਏ, ਵੇਖਣ ਤੋਂ ਬਾਅਦ ਫੈਸਲਾ ਕਰੋ ਕਿ ਉਹ ਜਾਨਵਰ ਲੈਣ ਵਾਲਾ ਹੈ ਕਿ ਨਹੀਂ ਹੈ। ਕਿਉਂਕਿ ਮੇਰਾ ਕੰਮ ਤੁਹਾਨੂੰ ਸਾਰਾ, ਜਿਵੇਂ ਭੱਟੀ ਸਾਹਿਬ ਨੇ ਬੜੀ ਸ਼ਾਨਦਾਰ ਗੁਫਤਗੂ ਕੀ ਦੱਸਿਆ ਤੁਹਾਨੂੰ, ਅਤੇ ਮਜ਼ੀਦ ਅਸੀਂ ਸਵਾਲ ਕਰਨੇ ਭੱਟੀ ਸਾਹਿਬ ਨਾਲ, ਸਾਡੇ ਨਾਲ ਰਹਿਣਾ ਅਗਰ ਜਿਹੜੀ ਭੱਟੀ ਸਾਹਿਬ, ਬੜਾ ਖਾਸ ਸਵਾਲ ਜੇ ਕਿਸੇ ਸ਼ਿਕਾਰੀ ਨੇ ਮੈਨੂੰ ਅੱਜ ਤੱਕ ਜਵਾਬ ਸਹੀ ਨਹੀਂ ਦਿੱਤਾ। ਅੱਛਾ ਭੱਟੀ ਸਾਹਿਬ, ਸਭ ਤੋਂ ਪਹਿਲੇ ਤਾਂ ਜਦੋਂ ਕੁੱਤਾ ਤਿਆਰ ਕਰੀਦਾ ਨਾ, ਉਹਨੂੰ ਕਿੰਨੀ ਰਫਤਾਰ ਹੀ ਤੁਰਨਾ ਚਾਹੀਦਾ, ਕਿੰਨਾ ਤੁਰਨਾ ਚਾਹੀਦਾ, ਅਤੇ ਲੜਾਉਣ ਤੋਂ ਪਹਿਲੇ ਕਿੰਨੇ ਦਿਨ ਉਹਦੀ ਵਰਜਿਸ਼ ਛੱਡ ਦੇਣੀ ਚਾਹੀਦੀ, ਅਤੇ ਖੁਰਾਕ ਸੁਬਾਹ ਕੀ ਦੇਣੀ ਚਾਹੀਦੀ ਅਤੇ ਸ਼ਾਮ ਕੀ ਦੇਣੀ ਚਾਹੀਦੀ? ਬੜਾ ਲੰਬਾ ਚੌੜਾ ਸਵਾਲ ਜੇ ਇਹ ਵਜ਼ੀਰ ਭਾਈ, ਤੁਸੀਂ ਸਵਾਲ ਬੜਾ ਅੱਛਾ ਕੀਤਾ। ਬੇਸਿਕ ਦੇਖੋ ਜੀ, ਹਰ ਬੰਦੇ ਦਾ ਇੱਕ ਆਪਣਾ ਆਪਣਾ ਨਾ ਨਜ਼ਰੀਆ ਹੈ ਖੁਰਾਕ ਦੇਣ ਦਾ, ਆਪਣਾ ਆਪਣਾ ਇੱਕ ਤਰੀਕੇਕਾਰ, ਆਪਣਾ ਆਪਣਾ ਇੱਕ ਤਜਰਬਾ ਹੁੰਦਾ। ਅਤੇ ਹਰ ਬੰਦੇ ਨੇ ਨਾ, ਘੋੜੀ ਹੋਵੇ, ਕੁੱਤਾ ਹੋਵੇ, ਦਾਂਤ ਹੋਵੇ, ਜਾਂ ਜਿਹੜਾ ਵੀ ਤੁਸੀਂ ਜਾਨਵਰ ਲਾ ਲਓ, ਸ਼ੌਕ ਕਰਨ ਵਾਲਾ ਕੋਈ ਕਬੂਤਰ ਵੀ ਹੈ, ਤਾਂ ਉਹਨੇ ਆਪਣਾ ਨਾ ਜਿਹੜਾ ਬੰਦੇ ਨੇ ਸਰਦਾ ਹੈ ਨਾ, ਉਹ ਹੀ ਉਹਨੂੰ ਪਾਉਣਾ ਹੈ। ਬਿਲਕੁਲ। ਦੂਜੀ ਗੱਲ ਇਹ ਵੇ ਕਿ ਤੁਸੀਂ ਖੁਰਾਕ ਦੀ ਗੱਲ ਕੀਤੀ ਹੈ, ਤਾਂ ਬੰਦੇ ਦੱਸਦੇ ਤਾਂ ਨਹੀਂ ਹੈਗੇ ਜੀ, ਇਹਨਾਂ ਕੁੱਤਿਆਂ ਦੀ ਕੋਈ ਕਿਤਾਬ ਨਹੀਂ ਬਣੀ ਜਿਹੜੀ ਅੱਜ ਤੱਕ ਕਿ ਜਿਹੜੀ ਜਰਨਲ ਨੌਲੇਜ ਵਾਲਿਆਂ ਆਜ਼ਾਦ ਕੀਤੀ ਹੋਵੇ ਜੀ, ਕੁੱਤੇ ਨੂੰ ਵਹਿ ਨਹੀਂ ਪਾਉਣਾ, ਕੁੱਤੇ ਨੂੰ ਵਹਿ ਨਹੀਂ ਪਾਉਣਾ। ਇਹ ਦਰਿੰਦਾ ਜਾਨਵਰ ਹੈ, ਗੋਸ਼ਤਖੋਰ ਜਾਨਵਰ, ਇਹਨੇ ਗੋਸ਼ਤ ਵੀ ਖਾਣਾ ਹੈ, ਇਹਨੇ ਦੁੱਧ ਵੀ ਪੀਣਾ ਹੈ, ਇਹਨੇ ਘੀ ਵੀ ਖਾਣਾ ਹੈ, ਠੀਕ ਹੈ, ਇਹਨੂੰ ਮੁਰੱਬੇ ਵੀ ਤੁਸੀਂ ਦੇਣੇ ਨੇ, ਸਾਰਾ ਕੁਛ ਦੇਣਾ ਹੈ, ਬਾਕੀ ਹੋਰ ਵੀ ਕਾਫੀ ਜ਼ਿਆਦਾ ਚੀਜ਼ਾਂ ਨੇ। ਅਤੇ ਰਹੀ ਗੱਲ ਦੌੜ ਦੀ ਵਜ਼ੀਰ ਭਾਈ,
ਉਹ ਮੇਰੇ ਕੋਲ ਇੱਕ ਬੰਦਾ ਆ ਗਿਆ ਤੇ ਐਵੇਂ ਸ਼ੁਗਲ ਸ਼ੁਗਲ ਦੇ ਵਿੱਚ ਬੈਠੇ ਆ ਤੇ ਮੈਂ ਕਿਹਾ ਜੀ ਕੁੱਤਾ ਤੁਸੀਂ ਕਿੰਨਾ ਦੜਾਉਂਦੇ ਜੋ ਉਹਨੇ ਕਿਹਾ ਜੀ ਭੱਟੀ ਸਾਹਿਬ ਅਸੀਂ 3 ਘੰਟੇ ਦੜਾਉਂਦੇ ਆ ਉਹ ਤਾਂ 3 ਘੰਟੇ ਅਸੀਂ ਇਹ ਘੜੀ ਦੇ ਟਾਈਮ ਤੇ ਕੁੱਤਾ ਦੜਾਉਂਦੇ ਆ ਮੈਂ ਕਿਹਾ ਯਾਰ ਤੁਸੀਂ ਤੇ ਫਿਰ ਥੋੜਾ ਦੜਾਉਂਦੇ ਜੋ ਮੈਂ ਕਿਹਾ ਅਸੀਂ ਤੇ ਕੁੱਤਾ 6 ਘੰਟੇ ਨਸਾਉਂਦੇ ਆ ਮੋਟਰਸਾਈਕਲ ਦੇ ਨਾਲ ਦੇਖੋ ਜੀ ਬੰਦੇ ਗੱਲ ਕਰ ਦਿੰਦੇ ਨੇ ਬੜੀ ਬੜੀ ਵੱਡੀ ਤੇ ਕੁੱਤਾ ਬੇਸਿਕ ਅਗਰ ਕੁੱਤੇ ਦੀ ਰਨਿੰਗ ਦੀ ਗੱਲ ਕੀਤੀ ਜਾਵੇ ਨਾ ਕੁੱਤੇ ਦੀ ਰਨਿੰਗ ਦੀ ਤੇ 4-5 ਕਿਲੋਮੀਟਰ ਕੁੱਤੇ ਦੀ ਰਨਿੰਗ ਬਹੁਤ ਜ਼ਿਆਦਾ ਰਨਿੰਗ ਹੁੰਦੀ ਹੈ ਮਤਲਬ 4 ਕਿਲੋਮੀਟਰ ਚਲਾ ਗਿਆ 4 ਕਿਲੋਮੀਟਰ ਆ ਗਿਆ ਮੈਕਸੀਮਮ ਅਗਰ ਤੁਸੀਂ ਬਾਈਕ ਤੇ ਕੁੱਤਾ ਦੜਾਉਂਦੇ ਹੋ ਜੇ ਸਾਈਕਲ ਤੇ ਦੜਾਉਂਦੇ ਹੋ ਤਾਂ ਤੁਹਾਨੂੰ ਇਹ 10 ਕਿਲੋਮੀਟਰ ਦਾ ਜਿਹੜਾ ਵਾਇਆ ਜਾਂ 8 ਕਿਲੋਮੀਟਰ ਦਾ ਵਾਇਆ ਤੁਸੀਂ ਘੰਟਾ ਲਾ ਲੈਂਦੇ ਜੋ ਬਾਈਕ ਤੇ ਅਗਰ ਕੁੱਤਾ ਜਾਂਦਾ ਹੈ ਤੇ ਮੈਕਸੀਮਮ ਤੁਹਾਨੂੰ 15-20 ਮਿੰਟ ਲੱਗਦੇ ਨੇ ਠੀਕ ਹੈ ਤਾਂ ਇਸੇ ਤਰ੍ਹਾਂ ਜੀ ਹਰ ਬੰਦੇ ਨੇ ਇਹ ਆਪਣਾ ਆਪਣਾ ਕੋਈ ਨਜ਼ਰੀਆ ਬਣਾਇਆ ਹੈ ਜੀ ਬੇਸਿਕ ਵਜ਼ੀਰ ਬਾਈ ਕੁੱਤੇ ਨੂੰ ਸਮਝਣਾ ਕੰਮ ਹੈ ਅਸਲ ਕੁੱਤਾ ਸਮਝਣਾ ਬਈ ਕੁੱਤਾ ਕਿੰਨੀ ਮਕਦਾਰ 'ਚ ਡਾਈਟ ਲੈ ਰਿਹਾ ਕਿਹੜੀ ਡਾਈਟ ਸਾਡੇ ਕੁੱਤੇ ਨੂੰ ਠੀਕ ਲੱਗ ਰਹੀ ਹੈ ਕਿਹੜੀ ਡਾਈਟ ਦਾ ਨੁਕਸਾਨ ਹੋ ਰਿਹਾ ਹੈ ਕਿਹੜੀ ਡਾਈਟ ਦੀ ਵਜ੍ਹਾ ਤੁਹਾਨੂੰ ਸਾਈਡ ਇਫੈਕਟ ਹੋ ਰਿਹਾ ਜਦੋਂ ਕੋਈ ਵੀ ਸ਼ਿਕਾਰੀ ਇਹ ਚੀਜ਼ਾਂ ਸਮਝ ਜਾਂਦਾ ਨਾ ਵਜ਼ੀਰ ਬਾਈ ਉਹ ਉਦੋਂ ਸ਼ਿਕਾਰੀ ਬਣ ਜਾਂਦਾ ਤੇ ਸਾਡੇ ਜਿਹੜੀਆਂ ਸਾਨੂੰ ਸਿੱਖੀਆਂ ਗੱਲਾਂ ਨੇ ਸਾਡੇ ਜਿਹੜੇ ਪਿਓ ਦਾਦੇ ਨੇ ਸੁਖਾਈਆਂ ਨੇ ਜੇ ਸਾਡੇ ਜਿਹੜੇ ਉਸਤਾਦ ਨੇ ਉਸਤਾਦ ਤਨਵੀਰ ਖਾਨ ਸਾਹਿਬ ਬੈਠੇ ਨੇ ਸਾਡੇ ਕੋਲ ਅੱਗੋਂ ਇਹਨਾਂ ਦੇ ਵਾਲਦ ਸਾਹਿਬ ਹਾਫਜ਼ ਅਜਮਲ ਸਾਹਿਬ ਤੇ ਇਹ ਸਾਰੇ ਜਿੰਨੇ ਵੀ ਸਾਡੇ ਬਜ਼ੁਰਗ ਨੇ ਬੇਸਿਕ ਇੱਕ ਸਾਡੇ ਭਾਈ ਨੇ ਇਮਰਾਨ ਭੱਟੀ ਭੱਠਾ ਚੌਂਕ ਦੇ ਬੜੇ ਅੱਛਾ ਸਾਡਾ ਬੜਾ ਪਿਆਰ ਹੈ ਇਮਰਾਨ ਭਾਈ ਨਾਲ ਬੇਸਿਕ ਉਹਨਾਂ ਦੇ ਵਾਲਦ ਸਾਹਿਬ ਵੀ ਸਾਡੇ ਉਸਤਾਦ ਰਹੇ ਨੇ ਮੇਰੇ ਤੇ ਉਹ ਬੜੀਆਂ ਬੜੀਆਂ ਅੱਛੀਆਂ ਚੀਜ਼ਾਂ ਉਹਨਾਂ ਨੂੰ ਸਿੱਖਣ ਤੋਂ ਮਿਲੀਆਂ ਨੇ ਇਹਨਾਂ ਡੋਗਸ ਦੇ ਬਾਰੇ ਬੁਲੀ ਡੋਗਸ ਦੇ ਬਾਰੇ ਦੇਖੋ ਜੀ ਕੋਈ ਮਾਂ ਦੇ ਢਿੱਡ 'ਚੋਂ ਨਹੀਂ ਸਿੱਖ ਕੇ ਆਉਂਦਾ ਜੀ ਤੇ ਅਗਰ ਤੁਸੀਂ ਸ਼ੌਕ ਦਿਲ ਨਾਲ ਕਰਦੇ ਹੋ ਤਾਂ ਤੁਹਾਨੂੰ ਸ਼ੌਕ ਸਿੱਖਣ ਨੂੰ ਵੀ ਮਿਲਦਾ ਹੈ ਅਤੇ ਸਮਝਣ ਨੂੰ ਵੀ ਮਿਲਦਾ ਨਹੀਂ ਤੇ ਵਜ਼ੀਰ ਭਾਈ ਇਹ ਕੁੱਤਾ ਜਿਹੜਾ ਨਾ ਹਰ ਬੰਦੇ ਨੂੰ ਸ਼ੌਕ ਤੇ ਹਰ ਬੰਦੇ ਨੂੰ ਕੋਈ ਨਾ ਕੋਈ ਕਰੇਜ਼ ਹੁੰਦਾ ਸ਼ੌਕ ਕਰਨ ਦਾ ਨਹੀਂ ਤੇ ਹਰ ਬੰਦਾ ਹੀ ਘਰ ਕੁੱਤੇ ਵੀ ਬੰਨੀ ਰੱਖੇ ਤੇ ਘੋੜੀਆਂ ਵੀ ਬੰਨੀ ਰੱਖੇ ਬਿਲਕੁਲ ਤੇ ਉਹ ਇਸੇ ਤਰ੍ਹਾਂ ਭਾਈ ਇਹ ਜ਼ਿੰਦਗੀ ਦੇ ਮਾਮਲਾਤ ਨੇ ਤੇ ਸ਼ੌਕ ਨੂੰ ਸ਼ੌਕ ਕਰਕੇ ਕਰੋ ਸ਼ੌਕ ਅੱਛਾ ਕਰੋ ਕਿ 4 ਭਰਾ ਉਹਨਾਂ ਦੇ ਸ਼ੌਕ ਮਿਆਰੀ ਲੱਗੇ ਤੇ ਉਹਨਾਂ ਦਾ ਵੀ ਵੇਖ ਕੇ ਦਿਲ ਖੁਸ਼ ਹੋਵੇ ਸ਼ੌਕ ਵੇਖ ਕੇ ਕਿ ਕਿਸੇ ਸ਼ੌਕ ਨੇ ਕੀਤਾ ਤੇ ਬੇਸਿਕ ਉਹ ਆ ਗੱਲ ਜਿਹੜੀ ਸਾਰੀ ਹੈ ਉਹ ਆ ਜਾ ਕੇ ਭਾਈ ਜੀ ਤੁਹਾਡੇ ਘਰ ਵਾਲਿਆਂ ਦੀ ਮੁੱਕਦੀ ਹੈ ਸ਼ੌਕ ਦਾ ਕਰਨਾ ਜਦੋਂ ਤੱਕ ਤੁਹਾਡੇ ਘਰ ਵਾਲੇ ਤੁਹਾਡੇ ਨਾਲ ਨੇ ਨਾ ਤੁਹਾਡੇ ਘਰ ਵਾਲੇ ਤੁਹਾਡੇ ਨਾਲ ਮੁਖਲਸ ਨੇ ਜਾਂ ਤੁਹਾਡੇ ਦੋਸਤ ਤੁਹਾਡੇ ਨਾਲ ਮੁਖਲਸ ਨੇ ਫਿਰ ਤੁਹਾਨੂੰ ਸ਼ੌਕ ਕਰਨ ਦਾ ਮਜ਼ਾ ਆਏਗਾ ਜਦੋਂ ਤੁਹਾਡੇ ਘਰ ਵਾਲੇ ਤੁਹਾਡੇ ਨਾਲ ਮੁਖਲਸ ਨਹੀਂ ਹੈਗੇ ਤੁਹਾਡੇ ਦੋਸਤ ਤੁਹਾਡੇ ਨਾਲ ਮੁਖਲਸ ਨਹੀਂ ਹੈਗੇ ਤੁਸੀਂ ਸ਼ੌਕ ਨਹੀਂ ਕਰ ਸਕਦੇ ਸ਼ੌਕ ਨੂੰ ਰੰਗ ਨਹੀਂ ਲਾ ਸਕਦੇ ਇਸ ਤੋਂ ਬਿਹਤਰ ਹੈ ਤੁਸੀਂ ਸ਼ੌਕ ਛੱਡ ਦਿਓ ਜਿਹੜਾ ਇਹਨਾਂ ਦੇ ਮੂੰਹ 'ਤੇ ਪਲੀਤ ਜਾਨਵਰ ਜਿਹੜਾ ਇਹਨਾਂ ਦੇ ਮੂੰਹ 'ਚ ਪਾਉਣਾ ਉਹੀ ਆਪਣੇ ਬੱਚਿਆਂ ਦੇ ਮੂੰਹ 'ਚ ਪਾ ਦਿਓ ਤੇ ਸਿਰਾਂ ਨਾਲ ਸਰਦਾਰੀਆਂ ਹੁੰਦੀਆਂ ਜੀ ਬੇਸ਼ੱਕ ਬਾਕੀ ਇਹ ਨੀਤਾਂ ਨੂੰ ਭਾਗ ਹੁੰਦੇ ਨੇ ਇਨਸਾਨ ਦੀ ਨੀਅਤ ਠੀਕ ਹੋਣੀ ਚਾਹੀਦੀ ਅੱਲਾ ਪਾਕ ਉਹਦਾ ਅਜਰ ਵੀ ਦਿੰਦਾ ਅੱਲਾ ਪਾਕ ਰੰਗ ਵੀ ਲਾਉਂਦਾ ਤੇ ਫਲ ਹਮੇਸ਼ਾ ਝੁਕੇ ਬੂਟੇ ਨੂੰ ਲੱਗਾ ਆ ਕਿਤੇ ਵੀ ਬਾਗ ਤੇ ਚਲੇ ਜਾਓ ਤੇ ਆਪਣਾ ਤੁਸੀਂ ਕਿਨਵਾਂ ਦਾ ਬੂਟਾ ਵੇਖ ਲਓ ਤੇ ਝੁਕਿਆ ਹੀ ਹੁੰਦਾ ਤੇ ਰੱਬ ਨੇ ਕਿੰਨਾ ਉਹਨੂੰ ਫਲ ਲਾਇਆ ਹੁੰਦਾ ਤੇ ਇਹ ਮੇਰੀ ਸਾਰੇ ਸ਼ਿਕਾਰੀ ਭਰਾਵਾਂ ਅੱਗੇ ਇਹ ਸਾਡੇ ਜਿਹੜੇ ਸੀਨੀਅਰ ਨੇ ਸਾਡੇ ਸੀਨੀਅਰ ਭਰਾ ਉਹਨਾਂ ਅੱਗੇ ਵੀ ਸਾਡੀ ਗੁਜ਼ਾਰਿਸ਼ ਹੈ ਕਿ ਇਹ ਸ਼ੌਕ ਨੂੰ ਸ਼ੌਕ ਬਣਾ ਕੇ ਕਰਨ ਜਿਹੜੀ ਆਉਣ ਵਾਲੀ ਜਰਨੇਸ਼ਨ ਹੈ ਉਹਨਾਂ ਨੂੰ ਅੱਛਾ ਸ਼ੌਕ ਦੇ ਬਾਰੇ ਗਾਈਡ ਕਰਨ ਤਾਂ ਕਿ ਉਹ ਸਾਡੇ ਇਹ ਪਾਕਿਸਤਾਨੀ ਸ਼ੌਕ ਦੀ ਸਖਾਵਤ ਨੂੰ ਬਰਕਰਾਰ ਰੱਖਣ ਬਿਲਕੁਲ ਬੇਸ਼ੱਕ ਵਾਲੇਕੁਮ ਅਸਲਾਮ ਜਨਾਬ ਪਾਕਿਸਤਾਨ ਦੇ ਬਹੁਤ ਵੱਡੇ ਸ਼ਿਕਾਰੀ ਜਨਾਬ ਆਏ ਨੇ ਸਾਡੇ ਕੋਲ ਭੱਟੀ ਸਾਹਿਬ ਅੱਜ ਸਾਨੂੰ ਕਿਹੜੇ ਜਾਨਵਰਾਂ ਦਾ ਸ਼ੌਕ ਕਰਵਾ ਰਹੇ ਨੇ ਵਜ਼ੀਰ ਭਾਈ ਸ਼ੌਕ ਆਪਣਾ ਸਾਰੇ ਭਰਾਵਾਂ ਨੇ ਪਹਿਲੇ ਵੀ ਵੇਖਿਆ ਤੁਹਾਨੂੰ ਮਸਤੂ ਦਾ ਸ਼ੌਕ ਕਰਾਵਾਂਗੇ ਅੱਜ ਮਸਤੂ ਦੀ ਜਿਹੜੀ ਇਹ ਮਾਂ ਹੈ ਜਿਹੜੀ ਉਹ ਬਲੱਡ ਲਾਈਨ ਤੋਂ ਮਸਤੂ ਕਾਂਚੀ ਸਾਡੀ ਜਿਹੜੀ ਕੁੱਤੀ ਹੈ ਉਹ ਵੀ ਇੱਥੇ ਮੌਜੂਦ ਹੈ ਛੋਟਾ ਬਰਛਾ ਇੱਕ ਪੱਪੀ ਹੈ ਸਾਡੇ ਕੋਲ ਬੱਚਾ ਹਾਲੇ 2.5 ਮਹੀਨੇ ਦਾ ਉਹ ਵੀ ਸਾਡੇ ਕੋਲ ਮੌਜੂਦ ਹੈ ਬਾਦਲ ਦਾ ਸ਼ੌਕ ਜੀ ਤੁਹਾਨੂੰ ਕਰਾਵਾਂਗੇ ਫਿਰ ਇੱਕ ਆਪਣੇ ਕੋਲ ਮੁਖੀ ਮੰਤਰੀ ਹੈ ਮੰਤਰੀ ਦਾ ਸ਼ੌਕ ਵੀ ਤੁਹਾਨੂੰ ਕਰਾਵਾਂਗੇ ਜੀ ਮੰਤਰੀ ਵੀ ਰੱਖਣੇ ਪੈਂਦੇ ਨੇ ਜੀ ਮੰਤਰ ਮੁੰਤਰ ਤੋੜਨ ਵਾਸਤੇ ਤੇ ਬਾਕੀ ਆਪਣਾ ਸਾਰੇ ਸ਼ਿਕਾਰੀ ਭਰਾ ਬੈਠੇ ਨੇ ਮੇਰੇ ਸੀਨੀਅਰ ਵੀ ਨੇ ਸਾਰੇ ਭਰਾ ਤੇ ਇਹਨਾਂ ਦੀ ਬੜੀ ਮਿਹਰਬਾਨੀ ਇੱਜ਼ਤ ਦਿੰਦੇ ਨੇ ਓਨਰ ਕਰਦੇ ਨੇ ਰਿਸਪੈਕਟ ਦਿੰਦੇ ਨੇ ਜੀ ਤੇ ਭਰਾਵਾਂ ਦੇ ਨਾਲ ਬਾਰਾਂ ਹੁੰਦੀਆਂ ਨੇ ਜੀ ਵਜ਼ੀਰ ਭਾਈ ਕੁਛ ਮੇਰੇ ਭਰਾ ਜਿਹੜੇ ਨੇ ਆਊਟ ਆਫ ਕੰਟਰੀਆਂ ਦੇ ਵਿੱਚ ਬੈਠੇ ਨੇ ਜਿਸ ਤਰ੍ਹਾਂ ਕਿ ਆਪਣਾ ਇਮਰਾਨ ਜੱਟ ਹੈ ਮਾਨੀ ਜੱਟ ਮਲੇਸ਼ੀਆ ਬੈਠਾ ਹਾਜੀ ਮਨਸੂਰ ਗੁੱਜਰ ਹੈ ਤੇ ਸਾਊਦੀ ਅਰਬ ਬੈਠੇ ਨੇ ਮੱਲਾ ਦੇ ਘਰ ਹੁੰਦੇ ਨੇ ਜੀ ਤੇ ਉਸ ਤੋਂ ਬਾਅਦ ਆਪਣਾ ਭਾਈ ਮੁਬਸ਼ਰ ਗੋਂਦਲ ਸਾਹਿਬ ਨੇ ਉਹ ਵੀ ਆਪਣਾ ਅੱਲਾ ਦੇ ਘਰ ਹੁੰਦੇ ਨੇ ਸਾਊਦੀ ਅਰਬ ਹੀ ਹੁੰਦੇ ਨੇ ਤੇ ਸ਼ੌਕ ਹੁੰਦਾ ਵੇਖੋ ਜੀ ਭਰਾਵਾਂ ਦੇ ਨਾਲ ਤੇ ਇਹ ਮੇਰੇ ਸਾਰੇ ਭਰਾਵਾਂ ਦਾ ਸ਼ੌਕ ਹੈ ਮੇਰੇ ਇਕੱਲੇ ਦਾ ਸ਼ੌਕ ਨਹੀਂ ਹੈਗਾ ਜੀ ਠੀਕ ਹੈ
ਤੇ ਉਹ ਰਲ ਖਾਓ ਖੰਡ ਖਾਓ ਤੇ ਸ਼ੌਕ ਵੀ ਉਦੋਂ ਹੀ ਹੁੰਦਾ ਵਜ਼ੀਰ ਭਾਈ ਜਦੋਂ ਸਾਰੇ ਭਰਾ ਰਲ ਕੇ ਚੱਲਣ ਤੇ ਮੈਂ ਭਰਾਵਾਂ ਦਾ ਤੇ ਸੱਜਣਾ ਦਾ ਭੁੱਖਾ ਹੁੰਦਾ ਵਾਂ ਵੇਖੋ ਜੀ ਅੱਜ ਕੱਲ੍ਹ ਕਿਸੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਪਰ ਇਹ ਆਪਣਾ ਕੀਮਤੀ ਟਾਈਮ ਕੱਢ ਕੇ ਮੇਰੇ ਕੋਲ ਆ ਜਾਂਦੇ ਨੇ ਇਹਨਾਂ ਦੀ ਇੰਨੀ ਬੜੀ ਮਿਹਰਬਾਨੀ ਮੈਂ ਬੜਾ ਦਿਲੋਂ ਸ਼ੁਕਰਗੁਜ਼ਾਰ ਹਾਂ ਭਰਾਵਾਂ ਦਾ ਕਿ ਅੱਲਾ ਪਾਕ ਇਹਨਾਂ ਨੂੰ ਰੰਗ ਲਾਵੇ ਇਹਨਾਂ ਸਾਰੇ ਭਰਾਵਾਂ ਦੇ ਨਾਲ ਜਿਹੜੇ ਮੇਰੇ ਕੋਲ ਬੈਠੇ ਨੇ ਜਾਂ ਜਿਹੜੇ ਲਾਗੇ ਲਾਗੇ ਮੇਰੇ ਸ਼ਿਕਾਰੀ ਭਰਾ ਬੈਠੇ ਨੇ ਜਾਂ ਜਿਹੜੇ ਆਊਟ ਆਫ ਕੰਟਰੀਆਂ ਦੇ ਵਿੱਚ ਨੇ ਸਾਰੇ ਵੀਰ ਮੁਹੱਬਤ ਕਰਨ ਵਾਲੇ ਇਹ ਉਹਨਾਂ ਦੀ ਵਜ੍ਹਾ ਤੋਂ ਸਾਰੀਆਂ ਬਾਰਾਂ ਨੇ ਉਹਨਾਂ ਦੀ ਵਜ੍ਹਾ ਤੋਂ ਸਾਰੀਆਂ ਮਹਿਫਲਾਂ ਲੱਗੀਆਂ ਨੇ ਬੰਦਾ ਪਾਣੀ ਦਾ ਬੁਲਬੁਲਾ ਸਾਹ ਦਾ ਕੋਈ ਪਤਾ ਨਹੀਂ ਹੁੰਦਾ ਅਤੇ ਬਾਕੀ ਅੱਲਾ ਖੈਰ ਕਰੇ ਵਜ਼ੀਰ ਭਾਈ ਮੇਰੇ ਸੱਜਣੋ ਮਿੱਤਰੋ ਬਿਲੀਓ ਆ ਗਿਆ ਜੀ ਬਰਸ਼ਾ ਪੱਟੀਏ क्या बात अमेजिंग ब्यूटीफुल फीमेल कांची पीछे खोल ले कांची भी आ रही जे बरछन गुलाब से आ गया जे बरशा बरछे ए बरशा मेरे सज्जनों मित्रों तफसील नाल वीडियो कांची दी भी बनावांगे क्या बात कांची इधर इधर चल इधर चल चलो अच्छा गल सारी मन दी है भाई चल 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 पीछे चलो खेडन दो कोई गल नहीं अच्छा बरशा केड़े कुत्तियां चू जनाब ए जी हाफिज मोहम्मद अजमल मोची हाफिज मोहम्मद अजमल मोची साहब मेरे वाले साहब तोड़े वाले साहब यानी कि तोड़े अपने कुत्तियां दे विच साडे अपने कुत्तियां दे विच है साडे घरू आया तोड़े घरू आया क्या बात ब्यूटीफुल शानदार जनाब बरशा उम्र कितनी हो गई उम्र इसकी 4 महीने हो गए ओ यार अच्छा मंत्र मंत्र भी तोड़दा ते मंत्र करदा भी हैगा करदा भी हैगा सब कुछ जानदा अच्छा ए मंत्र तोड़ना भी जानदा ते मंत्र करना भी जानदा मंत्र करना भी जानदा क्या बात है इंदे को जेड़ा कोई मर्जी करा लो जेड़ा मर्जी करा ली है ए राणा गफार वाला मस्तू कुत्ते दा बच्चा है जी मंत्री अच्छा ए राणा गफार वाला मस्तू कुत्ता हां जी ओदा बच्चा ते माल है पासो मेनू लग रिया जिवें के ब्यूटीफुल शानदार ਮੰਤਰੀ ਨਾਰੋ ਵਾਲੋ ਉਹ ਆਇਆ ਤੇ ਚੈਨਾ ਹੀ ਵਧਾ ਰਿਹਾ ਹੈ ਅੱਛਾ ਚੈਨਾ ਵੀ ਗਿਆ ਨਾਰੋ ਵਾਲੋ ਵੀ ਗਿਆ ਅੱਛਾ ਕੀ ਬਾਤ ਹੈ ਹਾਂ ਭਾਈ ਤੇਰੇ ਬੰਗਲੇ ਹੀ ਵਧਾ ਰਿਹਾ ਜਿਵੇਂ ਕਿਉਂਕੇ ਹੋ ਰਹਾ ਅੱਛਾ ਕੀ ਬਾਤ ਹੈ ਮੇਰੇ ਸੱਜਣੋ ਮਿੱਤਰੋ ਮੰਤਰੀ ਇਹਨਾਂ ਥੋੜੇ ਖੁੱਲਾ ਛੜ ਮੰਤਰੀ ਨੂੰ ਖੁੱਲਾ ਕਰ ਮੰਤਰੀ ਜਰਾ ਇਹ ਤੇਰੀ ਖੈਰ ਹੋ ਗਈ ਮੰਤਰੀ ਦੀ ਇਹ ਪਾਟਾ ਪੂਟਾ ਰਹਿੰਦਾ ਜੀ ਰੋਜ ਇਹ ਮੰਤਰੀ ਇਹਨੇ ਕਰੋ ਤੇਰੀ ਕੋਈ ਤਮਾਸ਼ਾ ਲਾਇਆ ਹੀ ਹੁੰਦਾ ਸ਼ਾਸ਼ क्या खूबसूरत डॉग मंत्री इनू एवें नहीं मंत्री कहिंदे कांची पानी पी रही जे चोरी चोरी ते बहुत स्याणी कुत्ती है परले परले परे नहीं जाना कांची और या आजा अमेजिंग ब्यूटीफुल फीमेल कांची ओ गई जे डेरे ते मेरे सज्जनो मित्रो बिलियो मस्तू ब्यूटीफुल डॉग मस्तू मस्तू ने जनाब कुछ वेख लिया क्या बात ओनू वेखी खलोता क्या बात ब्यूटीफुल डॉग मस्तू ਜੀ ਬਹੁਤ ਅੱਛਾ ਜਾਨਵਰ ਅੱਲਾ ਦੀ ਜ਼ਿੰਦਗੀ ਕਰੇ ਹਰ ਪਾਸ ਸੋਹਣਾ ਜੀ ਜੀ ਮਾਸ਼ਾਅੱਲਾ ਜੀ ਇਹ ਅੱਲਾ ਖੈਰ ਕੀਤੀ ਜਿਹੜਾ ਨਾ ਅਗਲੇ ਸਾਲ ਇਨਸ਼ਾਅੱਲਾ ਇਹਨੂੰ ਮੈਚ ਪਾਵਾਂਗੇ ਇਨਸ਼ਾਅੱਲਾ ਇਨਸ਼ਾਅੱਲਾ ਦੇਖੋ ਜੀ ਇਹ ਖੈਰਸਾਨ ਤੇ ਆਪਣੇ ਨੂੰ ਅੱਛਾ ਹੀ ਕਰਦਾ ਜੀ ਬਿਲਕੁਲ ਤੇ ਅੱਲਾ ਪਾਕ ਕੋ ਇੰਨੀ ਵੀ ਉਮਰ ਦਰਾਜ਼ ਕਰੇ ਤੇ ਸਾਰੇ ਭਰਾਵਾਂ ਸਾਡੇ ਵੀ ਉਮਰ ਦਰਾਜ਼ ਕਰੇ ਇਨਸ਼ਾਅੱਲਾ ਲਾਵਾਂਗੇ ਇਹਨੂੰ ਭਾਈਓ ਕੋ ਸੁਣੋ मेरे सज्जनों मित्रों बिलियो तुहानू अज मस्तू किवें दा लग्या ते जनाब फयाज पट्टी साहब दा शौक ते शिकार किवें दा लग्या कमेंट्स पट्टी साहब उस्ताद तनवीर उस्ताद तनवीर साहब बकलम खुद खलोते ने विच ते जनाब
राणा गफार साहब क्या बात है। वापस मोड़। ब्यूटीफुल अमेजिंग ब्यूटीफुल डॉग मस्तू। मेरे सज्जनों मित्रों क्या बात है, क्या बात है। तुहानू मस्तू दा करीब तो मैं चेहरा बखाना, बहुत ही शानदार चेहरा है। खलोता रहना, खलोता रहना। ये जी अपना भरा है इमरान जट। हाँ जी, मलेशिया। ये उहदी सिलेक्शन दे कुत्ता आया जी। अच्छा, इमरान जट साहब दी सिलेक्शन दे कुत्ता आया जी। ये लाहौर ग्रुप वाले ने मुखालफ कुत्ता लड़ाउणा सी इंशाल्लाह। अच्छा, लाहौर ग्रुप दो ने केड़ा लाहौर ग्रुप? ये जड़ा जी न्यू लाहौर ग्रुप। अच्छा, न्यू लाहौर ग्रुप ओदे ਉਹਨਾਂ ਦੇ ਮੁਖਾਲਫ ਕੁੱਤਾ ਲੜਾਵਾਂਗੇ। ਉਹਨਾਂ ਦੇ ਮੁਖਾਲਫ ਹੈ, ਤੁਸੀਂ ਕੁੱਤਾ ਲੜਾਉਣਾ ਹੈ ਇਨਸ਼ਾਅੱਲਾ ਜੀ, ਲੜਾਵਾਂਗੇ। ਤੇ ਕਿੰਨਾ ਦੀ ਫਰਮਾਇਸ਼ ਦੁਬਾਰਾ ਦੱਸਣਾ? ਇਹ ਜੀ ਆਪਣਾ ਇਮਰਾਨ ਜੱਟ ਹੈ, ਆਪਣਾ ਭਰਾ ਇਮਰਾਨ ਜੱਟ ਮਲੇਸ਼ੀਆ ਦੇ ਵਿੱਚ ਹੁੰਦਾ। ਤੇ ਇਨਸ਼ਾਅੱਲਾ ਜੀ ਇਹ ਭਰਾ ਹੈ ਸਾਡਾ, ਇਹ ਸਮਝ ਲਓ ਸ਼ੌਕ ਸਾਰਾ ਆਉਂਦਾ ਹੀ ਹੈ। ਮਾਨੀ ਜੱਟ ਦਾ ਹੀ ਹੈ, ਸਾਡਾ ਵੀਰ ਹੈ, ਭਰਾ ਹੈ। ਤੇ ਭਰਾਵਾਂ ਦਾ ਕੋਈ ਸਾਂਝਾ, ਮਤਲਬ ਸਾਰਾ ਕੁਝ ਸਾਂਝਾ ਹੀ ਹੁੰਦਾ, ਕੋਈ ਵੰਡ ਨਹੀਂ ਹੁੰਦੀ ਭਰਾਵਾਂ 'ਚ। ਬਿਲਕੁਲ। ਤੇ ਸ਼ੌਕ ਅਸੀਂ ਰਲ ਕੇ ਸਾਰੇ ਭਰਾ ਕਰਨੇ ਆ। ਤੇ ਉਹ ਪ੍ਰਦੇਸ਼ ਬੈਠੇ ਨੇ ਤੇ ਪਿੱਛੋਂ ਮੈਂ ਜਾਗ ਲਾਈ ਇਹ ਸ਼ੌਕ ਨੂੰ। ਮਾਸ਼ਾ ਅੱਲਾ। ਤੇ ਬਸ ਜੀ ਸ਼ੌਕ ਹੋ ਰਿਹਾ, ਅੱਲਾ ਖੈਰ ਕੀਤੀ। ਨਾਲ ਰਾਣਾ ਸਾਹਿਬ ਨੇ ਆਪਣੇ ਬੜੇ ਕਾਬਲੇ ਤਰਾਮ ਭਾਈ ਨੇ, ਆਪਣੇ ਗਫਾਰ ਭਾਈ, ਉਹ ਆਪਣੇ ਉਸਤਾਦ ਤਨਵੀਰ ਸਾਹਿਬ ਨੇ। ਮਾਸ਼ਾ ਅੱਲਾ। ਤੇ ਉਹ ਫਿਰ ਸਾਰੇ ਭਰਾ ਵੇਖ ਲਓ ਜੀ ਸ਼ੁਕਰ ਮੇਲਾ ਕਰ ਰਹੇ ਨੇ, ਕਜ਼ਨ ਕੁਜ਼ਨ ਵੀ ਇੱਥੇ ਹੁੰਦੇ ਨੇ, ਸਭ ਸ਼ੌਕ ਕਰਦੇ ਨੇ ਜੀ। ਕਿਆ ਬਾਤ ਹੈ ਮੇਰੇ ਸੱਜਣੋ ਮਿੱਤਰੋ, ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ? ਰਾਣਾ ਸਾਹਿਬ ਨਾਲ ਜਾਣ, ਤਨਵੀਰ ਸਾਹਿਬ ਆਉਣਾ ਜ਼ਰਾ ਮੇਰੇ ਸੱਜਣ। ਨਹੀਂ ਨਹੀਂ, ਇੱਥੇ ਇੱਥੇ ਹੀ ਆ ਜਾਓ, ਆ ਲੈ ਆਓ ਕੁੱਤਾ। ਮੇਰੇ ਸੱਜਣੋ ਮਿੱਤਰੋ ਬਿਲੀ, ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ? ਉਸਤਾਦ ਤਨਵੀਰ, ਰਾਣਾ ਗਫਾਰ ਔਰ ਜਨਾਬ ਫਿਆਜ਼ ਭੱਟੀ ਸਾਹਿਬ ਨਾਲ ਦੋ ਨਿੱਕੇ ਨਿੱਕੇ ਬਿਊਟੀਫੁਲ ਜਨਾਬ ਬੱਚੇ, ਸਭ ਦਾ ਸ਼ੌਕ ਅਤੇ ਸ਼ਿਕਾਰ ਤੁਹਾਨੂੰ ਕਿਵੇਂ ਦਾ ਲੱਗਿਆ? ਕਮੈਂਟਸ ਕਰਕੇ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਨਾ। ਇਹਦੇ ਨਾਲ ਹੀ ਚਾਹਵਾਂਗੇ ਇਜਾਜ਼ਤ, ਆਪਣਾ ਅਤੇ ਆਪਣੇ ਗਰੀਬ ਭਰਾਵਾਂ ਦਾ ਖਿਆਲ ਕਰਨਾ। ਅੱਲਾ ਨਿਗਹਿਬਾਨ।